हेलो जी, सत श्रीकाल। टी थ्री टेप का टॉक से थोड़ा सारे का वेलकम है। मैं हाँ थोड़ा होस्ट दोस्त मंथन मौत गिल। अज का साडा शो बहुत ज़्यादा एक्साइटिंग होने वाला, बहुत ज़्यादा घेंट होने जा रहा है, क्योंकि अज साडे शो के उत्ते आए बॉलीवुड के एक्ट्रेस जिहड़े कि बहुत ज़्यादा सोहणे ने ते बहुत ज़्यादा टैलेंटेड ने। हाँ जी, लखां दिलों की धड़कन जी चो एक दिल मेरा, मैं गल कर जा रहा आस्था गौर। ਤੁਸੀਂ ਜਾਣਦੇ ਹੋ, ਚਲੋ ਮਿਲਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਆਸਥਾ ਗੌਰ। ਕੀ ਹਾਲ ਚਾਲ ਨੇ ਮੈਮ? ਬਹੁਤ ਵਧੀਆ ਜੀ, ਤੁਸੀਂ ਦੱਸੋ ਕਿਵੇਂ ਚੱਲ ਰਿਹਾ ਕੰਮ ਕਾਰ? ਬਹੁਤ ਹੀ ਅੱਛਾ ਚੱਲ ਰਿਹਾ। ਅੱਛਾ, ਜਿੱਦਾਂ ਕਿ ਮੈਨੂੰ ਪਤਾ ਲੱਗਿਆ ਕਿ ਤੁਸੀਂ ਪਟਿਆਲਾ ਤੋਂ, ਤੁਹਾਨੂੰ ਛੱਡ ਕੇ ਪਟਿਆਲਾ 'ਚ ਹੋਰ ਕੀ ਕੀ ਫੇਮਸ ਹੈ? ਸਾਡੇ ਪਟਿਆਲੇ ਸਭ ਕੁਛ ਹੀ ਫੇਮਸ ਆ, ਸ਼ਾਹੀ ਸ਼ਹਿਰ ਪਟਿਆਲਾ। ਅੱਛਾ, ਹੋਰ ਜਿੱਦਾਂ ਕਿ ਸਾਡੇ ਪਟਿਆਲੇ ਵੀ ਸਲਵਾਰਾਂ, ਜੁੱਤੀਆਂ, ਸ਼ਾਹੀ ਬੰਦੇ ਤੇ ਪਟਿਆਲਾ ਪੈਗ। ਓਕੇ, ਵੈਸੇ ਜੇ ਦੇਖਿਆ ਜਾਵੇ ਪੰਜਾਬੀ ਜੁੱਤੀ ਸਿਰਫ ਪਾਉਣ 'ਚ ਫੇਮਸ ਨਹੀਂ ਹੈਗੀ, ਮੈਂ ਸੁਣਿਆ ਕਿ ਫੇਰਨ 'ਚ ਵੀ ਬਹੁਤ ਵਧੀਆ ਲੱਗਦੀ ਆ ਕੁੜੀਆਂ ਨੂੰ। ਅੱਛਾ, ਤੁਹਾਡਾ ਕਦੇ ਇੱਦਾਂ ਦਾ ਕੋਈ ਇੰਸੀਡੈਂਟ ਹੋਇਆ ਹੋਵੇ? ਨਹੀਂ, ਹਜੇ ਤੱਕ ਤਾਂ ਨਹੀਂ ਹੋਇਆ। ਮੈਨੂੰ ਲੱਗਦਾ ਅੱਜ ਤੁਹਾਨੂੰ ਚਾਂਸ ਮਿਲ ਵੀ ਸਕਦਾ ਹੈ। ਨਹੀਂ, ਮੇਰੇ ਤਾਂ ਨਹੀਂ, ਆਪਣੇ ਕੋਲ ਹੋਰ ਬਹੁਤ ਲੋਕ ਨੇ ਉਹਦੇ, ਅਤੇ ਤੁਹਾਨੂੰ ਰਿਆਉਣ 'ਚ ਕੋਈ ਦਿੱਕਤ ਵਗੈਰਾ ਹੋਈ ਉਹਦੇ? ਓਕੇ, ਅਤੇ ਅੱਜ ਦੀ ਜਿਹੜੀ ਇੰਟਰਵਿਊ ਆਪਾਂ ਕਰ ਰਹੇ ਹਾਂ, ਇਹਦੇ ਵਿੱਚ ਅਸੀਂ ਤੁਹਾਨੂੰ ਇੰਟਰੋਡਿਊਸ ਕਰਾਵਾਂਗੇ, ਇਹਨੂੰ ਸੈਗਮੈਂਟ ਦੇ ਵਿੱਚ ਆਪਾਂ ਰੱਖਾਂਗੇ, ਅਤੇ ਅਸੀਂ ਤੁਹਾਨੂੰ ਸਵਾਲ ਪੁੱਛਾਂਗੇ, ਠੀਕ ਹੈ? ਤੁਸੀਂ ਉਹਨਾਂ ਦੇ ਜਵਾਬ ਦੇਣੇ ਨੇ ਸਾਨੂੰ, ਬਿਲਕੁਲ ਨੋਰਮਲ, ਠੀਕ ਹੈ? ਜੀ ਕੇ ਵੀ ਰੱਖਾਂਗੇ ਅਸੀਂ ਸਪੈਸ਼ਲੀ, ਠੀਕ ਹੈ? ਮੈਂ ਸੁਣਿਆ ਕਿ ਤੁਹਾਡੀ ਜੀ ਕੇ ਬਹੁਤ ਸਟਰੋਂਗ ਆ। ਹਾਂਜੀ, ਬਹੁਤ ਸਟਰੋਂਗ। ਠੀਕ ਹੈ, ਅਤੇ ਇਹਦੇ ਵਿੱਚ ਨਾ ਆਪਾਂ ਤੁਹਾਨੂੰ ਇੱਕ ਅਫਵਾਹ ਦੇ ਕੁਐਸਚਨ ਪੁੱਛਾਂਗੇ, ਠੀਕ ਹੈ? ਅਤੇ ਆਪਾਂ ਉਹਦੇ ਤੋਂ ਹੀ ਸ਼ੁਰੂ ਕਰਾਂਗੇ ਕਿ ਸਾਡੇ ਕੋਲ ਨਾ ਕੁਛ ਲੋਕਾਂ ਦੀਆਂ ਅਫਵਾਹਾਂ, ਜਿਵੇਂ ਲੋਕ ਕਹਿੰਦੇ ਨੇ ਕਿ ਉਹਨਾਂ ਨੇ ਤੁਹਾਡੇ ਬਾਰੇ ਸੁਣੀਆਂ ਨੇ, ਅਫਵਾਹ ਬੜੀਆਂ ਫੈਲਦੀਆਂ ਨੇ ਆਰਟਿਸਟਾਂ ਦੀ, ਹੈ ਨਾ? ਅਤੇ ਆਪਾਂ ਉਹ ਪੁੱਛਾਂਗੇ ਤੁਹਾਡੇ ਤੋਂ ਕਿ ਤੁਹਾਡੇ ਨਾਲ ਕਦੇ ਇੱਦਾਂ ਦਾ ਇੰਸੀਡੈਂਟ ਹੋਇਆ ਹੈ, ਜਾਂ ਹੋਇਆ ਜਾਂ ਨਹੀਂ ਹੋਇਆ, ਕਿ ਅਫਵਾਹ ਸੱਚ ਹੈ ਜਾਂ ਝੂਠ ਹੈ, ਠੀਕ ਹੈ? ਆਪਾਂ ਸ਼ੁਰੂ ਕਰੀਏ ਫਿਰ। ਓਕੇ, ਉਹ ਪਹਿਲੀ ਬੜੀ ਅਫਵਾਹ ਘੈਂਟ ਆ। ਤੁਹਾਡੇ ਘਰਦਿਆਂ ਨੂੰ ਇਹ ਆਸਥਾ ਸੀ ਕਿ ਉਹਨਾਂ ਦੇ ਘਰ ਆਸਥਾ ਹੋਏਗੀ, ਤਾਂ ਕਰਕੇ ਉਹਨਾਂ ਨੇ ਤੁਹਾਡਾ ਨਾਮ ਆਸਥਾ ਰੱਖਿਆ, ਸਹੀ ਹੈ? ਹਾਂਜੀ, ਕਹਿ ਲਓ। ਅੱਛਾ, ਮਤਲਬ ਤੁਹਾਡੇ ਹੋਣ ਤੋਂ ਪਹਿਲਾਂ ਹੀ ਨਾਮ ਪਲਾਨ ਹੋ ਚੁੱਕਿਆ ਸੀ? ਹਾਂਜੀ, ਨਾਮ ਪਲਾਨ ਸੀ, ਦੋ ਨਾਮ ਉਹਨਾਂ ਨੇ ਸੋਚੇ ਸੀ, ਇੱਕ ਸ਼ਰਧਾ ਤੇ ਇੱਕ ਆਸਥਾ, ਦੋਵਾਂ ਦੇ ਮੀਨਿੰਗ ਸੇਮ ਨਿਕਲਦੇ ਨੇ ਜਿੱਦਾਂ ਉਦਾਂ। ਮੈਂ ਪੂਰੀ ਫਿਲਮ 3 ਵਾਰ ਦੇਖੀ ਆ ਤੁਹਾਡੇ ਕਰਕੇ, ਤੇ ਮਤਲਬ ਇਹ ਅਫਵਾਹ ਸੱਚ ਹੈ ਕਿ ਤੁਹਾਡਾ ਨਾਮ ਹੈ ਜਿਹੜਾ ਆਸਥਾ, ਆਸਥਾ ਹੋਣ ਕਰਕੇ ਰੱਖਿਆ ਸੀ? ਓਕੇ, ਤੇ ਸੈਕਿੰਡ ਹੈ ਕਿ ਤੁਹਾਡੇ ਫਾਦਰ ਸਾਹਿਬ ਦਾ ਸੁਪਨਾ ਸੀਗਾ ਕਿ ਤੁਸੀਂ ਐਕਟਿੰਗ ਵਿੱਚ ਜਾਓ, ਸੱਚ ਹੈ ਕਿ ਝੂਠ? ਹਾਂਜੀ, ਬਿਲਕੁਲ ਸੱਚ ਹੈ। ਪਾਪਾ ਦਾ ਸੁਪਨਾ ਸੀ ਕਿ ਮੈਂ ਅੱਗੇ ਐਕਟਿੰਗ ਵਿੱਚ ਜਾਵਾਂ, ਉਹਨਾਂ ਕਰਕੇ ਜੋ ਵੀ ਕੀਤਾ ਹੁਣ ਤੱਕ, ਹੈ ਨਾ, ਉਹਨਾਂ ਕਰਕੇ ਕੀਤਾ, ਪਹਿਲੀ ਫਿਲਮ ਦਾ ਆਡੀਸ਼ਨ ਉਹਨਾਂ ਦੇ ਕਹਿਣ 'ਤੇ ਦਿੱਤਾ, ਅਤੇ ਹੁਣ ਜੇ ਮੈਂ ਇੱਥੇ ਵੀ ਹਾਂ ਤਾਂ ਪਾਪਾ ਕਹਿੰਦੇ। ਅੱਛਾ, ਚਲੋ ਆਪਾਂ ਜ਼ਿਆਦਾ ਭਾਵੁਕ ਨਾ ਕਰਦੇ ਹੋਏ ਆਪਾਂ ਅਗਲੇ ਕੁਐਸਚਨ ਵੱਧ ਬੋਲਦੇ ਹਾਂ, ਅਤੇ ਇਹ ਹੈਗਾ, ਇੱਕ ਅਫਵਾਹ ਇਹ ਹੈ ਕਿ ਤੁਸੀਂ ਸਟੱਡੀ ਲਈ ਗੋਆ ਗਏ ਸੀ, ਬਟ ਉੱਥੇ ਦਿਲ ਨਾ ਲੱਗਣ ਕਰਕੇ ਤੁਸੀਂ ਘਰ ਆ ਗਏ। ਹਾਂਜੀ, ਇੱਦਾਂ ਹੋਇਆ ਕਿ ਮੈਂ ਜਦ ਪਹਿਲੀ ਵਾਰੀ ਗੋਆ ਗਈ, ਹੈ ਨਾ, ਮੈਨੂੰ ਗੋਆ ਬਹੁਤ ਵਧੀਆ ਲੱਗਿਆ, ਮਾਹੌਲ ਦੇਖ ਕੇ, ਕਿ ਹੈ ਨਾ, ਇੱਥੇ ਕੁਛ ਛੋਟੀ ਹੁੰਦੀ ਸੀ ਥੋੜ੍ਹੀ, ਮੈਂ ਉਦੋਂ ਜਦ ਮੈਂ +2 ਕਰਕੇ ਚਲੀ। ਮਤਲਬ ਕਿੰਨੀ ਕੇਜ ਸੀ ਤੁਹਾਡੀ? ਮੈਂ ਉਦੋਂ 17 ਸਾਲ ਦੀ ਸੀ। 17-18 ਸਾਲ ਦੇ ਗੋਆ? ਹਾਂਜੀ। ਉਹ ਯਾਰ, ਸਾਡੇ ਤਾਂ ਉਰੇ ਟਾਈਮ ਬੜਾ ਲੱਗ ਜਾਂਦਾ, ਮਤਲਬ 25-25 ਸਾਲ ਦੇ ਹੋ ਜਾਂਦੇ ਅਸੀਂ, ਤਾਂ ਘਰਦਿਆਂ ਨੂੰ ਜਾ ਕੇ ਕਨਵਿੰਸ ਨਹੀਂ ਕਰ ਪਾਉਂਦੇ ਕਿ ਯਾਰ ਗੋਆ ਘੁੰਮ ਕੇ ਆਉਣਾ। ਪਹਿਲੀ ਵਾਰੀ ਘੁੰਮਣ ਗਈ ਸੀਗੀ ਗੋਆ, ਤੇ ਮੈਂ ਉੱਥੇ ਮਹੀਨਾ ਕਰ ਕੇ ਆਈ, ਮੈਨੂੰ ਮਾਹੌਲ ਬਹੁਤ ਵਧੀਆ ਲੱਗਿਆ। ਅੱਛਾ, ਤੇ ਮੈਂ ਕਿਹਾ ਵੀ ਹੁਣ ਇੱਥੇ ਪਰਮਾਨੈਂਟ ਰਹਿਣ ਦਾ ਕੁਛ ਸੋਚਿਆ ਜਾਵੇ। ਮੈਂ ਕਰਿਆ ਕੀ ਗੱਲ ਕੀਤੀ, ਮੈਂ ਕਿਹਾ ਵੀ ਉੱਥੇ ਪੜ੍ਹਨਾ ਹੈ ਮੈਂ। ਘਰਦੇ ਕਹਿੰਦੇ ਕਿ ਠੀਕ ਆ, ਕੋਈ ਨਹੀਂ। ਤੁਹਾਡੇ ਤਾਂ ਘਰਦੇ ਵੀ ਬੜੇ ਘੈਂਟ ਨੇ, ਸਾਡੇ ਘਰਦੇ ਤਾਂ ਉਹੀ ਨਾ ਮੰਨਣ, ਉਹਨਾਂ ਨੇ ਕਹਿਣਾ ਨਹੀਂ ਬੀਚ 'ਤੇ ਨਹੀਂ ਭੇਜਣਾ ਮੁੰਡਾ ਪੜ੍ਹਨ। ਈਵਨ ਸਾਡੇ ਘਰ ਦੇ ਪਤਾ ਕੀ ਕਹਿਣਗੇ ਸਾਨੂੰ, ਯਾਰ ਆਪਣਾ ਬੀਚ 'ਤੇ ਕਿਹੜਾ ਕਾਲਜ ਹੁੰਦਾ? ਸਾਡੇ ਵਾਲੇ, ਅਸੀਂ, ਮੈਂ ਬਹੁਤ ਜ਼ਿਆਦਾ ਲਾਡਲੀ ਸੀ, ਹੈ ਨਾ, ਅਤੇ ਮੇਰੇ ਮੰਨ ਕੇ ਕਹਿੰਦੇ ਵੀ ਚਲੋ ਠੀਕ ਆ, ਭੇਜ ਦਿੰਦੇ। ਮੈਂ ਉੱਥੇ ਜਾ ਕੇ ਨਾ ਸੇਂਟ ਜ਼ੇਵੀਅਰਸ ਕਾਲਜ ਦੇ ਵਿੱਚ ਟੈਸਟ ਦਿੱਤਾ, ਅਤੇ ਮੈਂ ਟੈਸਟ ਕਲੀਅਰ ਵੀ ਕਰ ਲਿਆ। ਕਲੀਅਰ ਕਰਨ ਤੋਂ ਬਾਅਦ ਜਦ ਮੈਂ ਐਡਮਿਸ਼ਨ ਫੀਸ ਵੀ ਭਰਤੀ, ਉਦੋਂ ਉਹ ਮੈਨੂੰ ਕਹਿੰਦੇ, ਮੈਂ ਘਰਦਿਆਂ ਨਾਲ ਨਾ ਦੱਸਿਆ ਵੀ ਬਹੁਤ ਜ਼ਿਆਦਾ ਲਾਡਲੀ ਹਾਂ, ਅਤੇ ਮੈਨੂੰ ਬਹੁਤ ਜ਼ਿਆਦਾ ਉੱਧਰ ਵੱਲੋਂ ਲਗਾਵ ਹੈ, ਅਤੇ ਉਹ ਕਹਿੰਦੇ ਵੀ ਅਸੀਂ ਸਾਲ ਸਿਰਫ 3 ਛੁੱਟੀਆਂ ਦਾਂਗੇ, ਜਿਸ 'ਚ ਤੁਸੀਂ ਘਰ ਜਾ ਸਕਦੇ ਹੋ, ਉੱਦਾਂ ਤੁਸੀਂ ਆਪਦੇ ਘਰ ਨਹੀਂ ਜਾ ਸਕਦੇ। ਪਹਿਲਾਂ ਤਾਂ ਮੈਂ ਰੋਂਦੀ ਰੋਂਦੀ ਨੇ ਕਿਹਾ ਵੀ ਮੈਂ ਉੱਥੇ ਜਾਣਾ, ਫਿਰ ਮੈਂ ਰੋਂਦੀ ਰੋਂਦੀ ਵਾਪਸੀ ਫੋਨ ਕੀਤਾ, ਮੈਂ ਕਿਹਾ ਮੈਨੂੰ ਵਾਪਸ ਬੁਲਾ ਲਓ। ਫਿਰ ਘਰਦਿਆਂ ਨੂੰ ਤਾਂ ਤੁਸੀਂ ਘਰੇ ਆ ਕੇ, ਉਹਨਾਂ ਨੇ ਕੁਛ ਨਹੀਂ ਕਿਹਾ ਕਿ ਯਾਰ ਤੂੰ ਕਦੇ ਚਲੇ ਜਾਂਦੀ ਆ ਕਦੇ ਵਾਪਸ ਆਉਂਦੀ, ਪਹਿਲਾਂ ਇੱਕ ਗੱਲ ਸੋਚ ਕਰ ਲਵਾਂਗੇ। ਇੱਕ ਵਾਰੀ ਕਿਹਾ ਵੀ, ਹੈ ਨਾ, ਇੱਦਾਂ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਸੀ ਵੀ ਮੈਂ ਘਰਦਿਆਂ ਤੋਂ ਬਹੁਤ ਘੱਟ ਦੂਰ ਰਹਿੰਦੀ ਹਾਂ, ਅਤੇ ਫਿਰ ਉਹਨਾਂ ਨੇ ਮੰਨ ਲਿਆ, ਕਹਿੰਦੇ ਚਲੋ ਕੋਈ ਗੱਲ ਨਹੀਂ। ਫਿਰ ਉਸ ਤੋਂ ਬਾਅਦ ਵੀ ਮੈਂ ਬਹੁਤ ਵਾਰੀ ਘੁੰਮਣ ਗਈ ਹਾਂ, ਕਿ ਮੈਂ ਗੋਆ ਹੁਣ ਆਦਤ ਸੀਗੀ ਰਹਿਣ ਦੀ ਵੀ, ਥੋੜ੍ਹੀ ਥੋੜ੍ਹੀ ਦੇਰ ਰਹਿ ਕੇ ਆਉਂਦੀ ਸੀ, ਅਤੇ ਮਤਲਬ ਘੁੰਮਣਾ ਫਿਰਨਾ ਇੰਜੋਏ। ਮਤਲਬ ਇਹ ਗੱਲ ਸਾਡੀ ਕਿਤੇ ਨਾ ਕਿਤੇ ਸਾਡੀਆਂ ਅਫਵਾਹਾਂ ਸੱਚ ਹੋ ਰਹੀਆਂ ਨੇ ਯਾਰ, ਸਾਡੇ ਸੋਰਸ ਪੱਕੇ ਨੇ,
ਅਤੇ ਇੱਕ ਗੱਲ ਹੋਰ, ਤੁਸੀਂ ਬ੍ਰੈਂਡ ਕੌਨਸ਼ੀਅਸ ਬਹੁਤ ਹੋ, ਸੁਣਨ 'ਚ ਆਇਆ ਕਿ ਜਿਹੜੀ ਆਸਥਾ ਗੌਰ ਹੈ ਬ੍ਰੈਂਡ ਕੌਨਸ਼ੀਅਸ ਹੈ, ਸਿਰਫ ਡਿਜ਼ਾਈਨਰ ਪਾਉਂਦੇ ਆ, ਸੱਚੀ ਗੱਲ ਹੈ ਕੁੜੀ ਡਿਜ਼ਾਈਨਰ ਪਾਉਂਦੀ ਆ? ਕਿਤੇ ਵੀ ਜਾਣਾ ਹੋਵੇ, ਸਪੋਜ਼ ਤੁਸੀਂ ਕਿਤੇ ਜਾ ਰਹੇ ਹੋ ਤੇ ਕਿਸੇ ਫੰਕਸ਼ਨ ਨੂੰ ਅਟੈਂਡ ਕਰ ਰਹੇ ਹੋ, ਸਪੋਜ਼ ਤੁਸੀਂ, ਤੇ ਉੱਥੇ ਜਾ ਕੇ ਤੁਸੀਂ ਸਿਰਫ ਡਿਜ਼ਾਈਨਰ ਪਾਉਂਦੇ ਹੋ, ਲਾਈਕ ਆਪਾਂ ਵਿਆਹ ਸ਼ਾਦੀ ਦੀ ਗੱਲ ਕਰੀਏ, ਤੁਸੀਂ ਜਾਣਾ ਕਿਤੇ, ਜਿਵੇਂ ਅੱਜ ਆਏ ਹੋ ਤੁਸੀਂ, ਅੱਜ ਤਾਂ ਮੈਨੂੰ ਲੱਗ ਰਿਹਾ ਡਿਜ਼ਾਈਨਰ ਪਾ ਕੇ ਆਏ ਹੋ। ਕਿਹਨਾਂ ਨੇ ਡਿਜ਼ਾਈਨ ਕਰਿਆ ਵੈਸੇ? ਫੈਸ਼ਨ ਫੈਮਿਨਾ ਬਾਏ ਆਰਤੀ ਸਿੰਘ, ਉਹਨਾਂ ਨੇ ਡਿਜ਼ਾਈਨ ਕੀਤਾ। ਬੇਸਿਕਲੀ ਸਾਰੇ ਮੇਰੇ ਕੱਪੜੇ ਉਹੀ ਡਿਜ਼ਾਈਨ ਕਰਦੇ ਨੇ ਅਤੇ ਮੇਰੇ ਮੇਕਅਪ ਆਰਟਿਸਟ ਵੀ ਇੱਕੋ ਪਾਰਟੀਕੁਲਰ ਨੇ, ਅਤੇ ਮੇਕਅਪ ਬਾਏ ਜੋਤੀ ਗਿੱਲ, ਉਹਨਾਂ ਤੋਂ ਕਰਵਾਉਂਦੀ ਹਾਂ ਮੈਂ। ਮਤਲਬ ਗੱਲ ਕਰਿਆ ਜਾਵੇ ਤਾਂ ਡਿਜ਼ਾਈਨਰ ਤੋਂ ਬਿਨਾਂ ਕੁੜੀ ਘੱਟ ਵੱਧ ਪਾਉਂਦੀ ਹੈ, ਮਤਲਬ ਕਹਿਣ ਦੀ ਗੱਲ ਸੀ ਕਿ ਮੈਂ ਪਾ ਲੈਂਦੀ ਹਾਂ? ਨਹੀਂ ਨਹੀਂ, ਮੈਂ ਬਿਲਕੁਲ ਪਾਉਂਦੀ ਹਾਂ, ਮੈਂ ਖੁਦ ਵੀ ਡਿਜ਼ਾਈਨ ਕਰ ਲੈਂਦੀ ਹਾਂ ਕਈ ਕਈ ਵਾਰੀ, ਕਿ ਮੇਰੇ ਕੋਲ ਸ਼ਰਟ ਆਊਟਫਿਟਸ ਇੱਦਾਂ ਹੁੰਦੇ ਨੇ, ਜਿਵੇਂ ਕਿਤੇ ਜਾਣਾ ਹੋਵੇ ਮੈਂ ਖੁਦ ਡਿਜ਼ਾਈਨ ਕਰ ਲੈਂਦੀ ਹਾਂ ਉੱਦਾਂ। ਇਹ ਸੁਨੇਹਾ ਪੋਲੀਵੁੱਡ ਵਾਲਿਆਂ ਵਾਸਤੇ ਆ, ਜਿਨ੍ਹਾਂ ਨੇ ਵੀ ਡਿਜ਼ਾਈਨ ਕਰਵਾਉਣੇ ਹੋਣ ਤਾਂ ਮਿਲ ਸਕਦੇ ਹੋ ਤੁਸੀਂ, ਅਤੇ ਮਤਲਬ ਇਹ ਬਹੁਤ ਸੱਚ ਹੈ ਡਿਜ਼ਾਈਨਰ ਵਾਲੀ, ਅਤੇ ਬਟ ਨੋਰਮਲ ਵੀ ਪਾ ਲੈਂਦੇ। ਓਕੇ, ਅਤੇ ਸਾਡੀ ਇੱਕ ਹੋਰ ਅਫਵਾਹ ਕਹਿੰਦੇ ਕਿ ਕੁੜੀ ਜਿੰਮ ਨਹੀਂ ਮਿਸ ਕਰਦੀ, ਭਾਵੇਂ ਨਹਾਉਣਾ ਮਿਸ ਕਰ ਦੇਵੇ, ਕਿ ਇਹ ਪੋਸੀਬਲ ਹੈ, ਮਤਲਬ ਹੈ ਇੱਦਾਂ ਕੁਛ? ਹਾਂਜੀ ਹਾਂਜੀ, ਕਦੇ ਕਦੇ ਇੱਦਾਂ ਹੋ ਜਾਂਦਾ, ਮਿਸ ਵੀ ਹੋ ਜਾਂਦਾ ਇੱਦਾਂ ਬਾਰੇ। ਅੱਛਾ, ਜਿੰਮ ਕਿ ਨਹਾਉਣਾ? ਆਪਾਂ ਅੱਗੇ ਵੱਲ ਚੱਲੀਏ, ਠੀਕ ਹੈ? ਹਾਂ, ਇੱਕ ਸਾਡੀ ਲਾਸਟ ਹੈ, ਇਹ ਤੁਸੀਂ ਦੱਸਣਾ ਕਿ ਸੱਚ ਹੈ ਕਿ ਝੂਠ ਹੈ, ਕਿ ਇਹ ਸੱਚ ਹੈ ਕਿ ਇਹ ਗਾਣੇ 'ਤੇ ਸਭ ਤੋਂ ਪਹਿਲਾਂ ਤੁਸੀਂ ਰੀਲ ਬਣਾਈ ਸੀਗੀ ਕਿ ਇਤਨੀ ਸੁੰਦਰ ਹੂੰ ਮੈਂ ਕਿਆ ਕਰੂੰ? ਨਹੀਂ ਜੀ ਨਹੀਂ। ਸੁਣਿਆ ਗਾਣਾ ਤੁਸੀਂ ਵੈਸੇ? ਹਾਂਜੀ ਹਾਂਜੀ, ਇਤਨੀ ਸੁੰਦਰ ਹੂੰ ਮੈਂ ਕਿਆ, ਬਣ ਸਕਦੇ ਆ ਰੀਲ? ਮੈਂ ਬਣਾਈ ਨੀਗੀ। ਅੱਛਾ, ਗਾਣਾ ਉਦੋਂ ਮੈਂ ਸੁਣਿਆ ਪਰ ਮੈਂ ਰੀਲ ਹੋਣ ਤੱਕ ਨਹੀਂ ਬਣਾਈ। ਆਹ ਚੀਜ਼ ਤੁਸੀਂ ਗਲਤ ਸੁਣੀ, ਚਲੋ ਇੱਕ ਅੱਧਾ ਸੋਰਸ ਸਾਡਾ ਗਲਤ ਵੀ ਹੋ ਸਕਦਾ, ਇੱਦਾਂ ਦਾ ਕੋਈ ਸੀਨ ਨਹੀਂ ਬਾਈ, ਤੁਸੀਂ ਗਲਤ ਹੋ, ਕਿਤੇ ਇੱਕ ਅੱਧਾ ਸੋਰਸ ਸਾਡਾ ਗਲਤ ਹੈ, ਸੋਰੀ ਇਹਦੇ ਲਈ, ਅਸੀਂ ਮੈਮ ਤੋਂ ਸੋਰੀ ਮੰਗਦੇ ਹਾਂ। ਤੁਸੀਂ ਹਾਕੀ ਕਿੱਥੋਂ ਸਿੱਖੀ ਹੈ? ਹਾਕੀ ਮੈਂ ਸਿੱਖੀ ਸੀ ਪਟਿਆਲੇ ਪੋਲੋ ਗਰਾਊਂਡ ਤੋਂ, ਅਤੇ ਉੱਥੇ ਸੀਗੇ, ਬਾਕੀ ਥੋੜ੍ਹਾ ਬਹੁਤ ਮਤਲਬ ਇੱਦਾਂ ਹੀ, ਮਤਲਬ ਪ੍ਰੋਪਰ ਨਹੀਂ ਸੀ ਸਿੱਖੀ, ਬਟ ਹਾਂਜੀ ਜੈਸਚਰ ਜਿੱਦਾਂ ਹੁੰਦੇ ਨੇ ਉਹ ਮੈਂ ਪਟਿਆਲਾ ਪੋਲੋ ਗਰਾਊਂਡ। ਮਤਲਬ ਫਿਰ ਵੀ ਯਾਰ, ਇੱਕ ਤੁਸੀਂ ਹਾਕੀ ਸਿੱਖ ਕੇ ਪਹਿਲੇ ਸ਼ੂਟ ਦੇ ਦਿਨੇ ਹਰਜੀਤਾ ਨੂੰ ਹਰਾ ਤਾ, ਉਹ ਤੋਂ 2 ਮਿੰਟ ਦੇ ਵਿੱਚ ਪਾਸ ਲੈ ਲਿਆ, ਕਿੱਦਾਂ ਮਤਲਬ ਹੈਂਗ ਹੋ ਗਿਆ ਸੀ ਯਾਰ। ਵੈਸੇ ਮੈਂ ਵੀ ਹੈਂਗ ਤਾਂ ਹੋ ਰਿਹਾ ਅੱਜ, ਸੋਰੀ ਯਾਰ, ਪਰ ਹੋ ਰਿਹਾ। ਅਤੇ ਫਿਰ ਤੁਸੀਂ ਉੱਥੋਂ ਹਾਕੀ ਸਿੱਖੀ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕਦੇ ਟੂਰਨਾਮੈਂਟ ਵੀ ਲਾਉਂਦੇ ਹੋ? ਨਹੀਂ, ਅਤੇ ਮੈਨੂੰ ਇਹ ਦੱਸੋ ਕਿ ਪੰਜਾਬੀ ਇੰਡਸਟਰੀ ਦੀ ਆਪਾਂ ਗੱਲ ਕਰੀਏ ਤਾਂ ਤੁਹਾਡਾ ਹੁਣ ਤੱਕ ਦੇ ਕਿੰਨੇ ਆਰਟਿਸਟਾਂ ਦੇ ਨਾਲ ਕੰਮ ਕਰਿਆ ਤੁਸੀਂ, ਅਤੇ ਉਹਨਾਂ 'ਚ ਤੁਹਾਡੇ ਫੇਵਰੇਟ ਕਿਹੜੇ ਨੇ? ਮੈਨੂੰ ਛੱਡ ਕੇ, ਪਰ ਮੈਂ ਹਾਲੇ ਕੰਮ ਵੀ ਨਹੀਂ ਨਾ ਕਰਿਆ। ਫਿਲਮ ਵਾਲਿਓ ਮੌਕਾ ਦਿਓ ਮੈਨੂੰ। ਅੱਛਾ, ਹਾਂਜੀ ਦੱਸੋ। ਐਮੀ ਨਾਲ ਵੀ ਐਕਸਪੀਰੀਅੰਸ ਬਹੁਤ ਵਧੀਆ ਸੀ, ਐਂਡ ਸਭ ਤੋਂ ਵਧੀਆ ਜਿਹਨੂੰ ਤੁਸੀਂ ਕਹਿ ਲਓ ਐਕਸਪੀਰੀਅੰਸ ਸੀਗਾ ਡਿਸਮਿਸ ਗਾਣੇ ਦਾ, ਕੋਰ ਵਾਲਾ ਮਾਨ ਨਾਲ, ਜਿੱਦਾਂ ਕਿ ਮੈਨੂੰ ਉਹਨਾਂ ਦੀ ਨੇਚਰ ਵਗੈਰਾ ਸਭ ਬਹੁਤ ਵਧੀਆ ਲੱਗੀ, ਕੰਮ ਕਰਕੇ ਬਹੁਤ ਵਧੀਆ ਲੱਗਿਆ। ਚਲੋ ਹੁਣ ਜੇ ਗਾਣੇ ਦੀ ਕੋਰ ਵਾਲੇ ਮਾਨ ਦੀ ਗਾਣੇ ਦੀ ਗੱਲ ਹੋ ਚੁੱਕੀ ਆ, ਤਾਂ ਫਿਰ ਇਹਨਾਂ ਦਾ ਗਾਣਾ ਹੋ ਜਾਵੇ, ਆਹੀ ਡਿਸਮਿਸ ਹੀ ਹੋ ਜਾਵੇ, ਚਲੋ ਤੁਹਾਡਾ ਆਪਣਾ, ਦੇਖਦੇ ਹਾਂ ਕਿੰਨਾ ਕੁ ਯਾਦ ਆ ਤੁਹਾਨੂੰ। ਹਾਂਜੀ, 2 ਲਾਈਨਾਂ ਮੈਂ ਗਾਣੀ ਹੈ। ਉਂਗਲੀ ਉੱਤੇ ਦਾਗ ਤੇ ਲੜੇ ਸਾਡੇ ਛੱਲੇ ਦਾ, ਮੁੰਦਰੀ ਦਾ ਮੈਂ ਸੁਣਿਆ ਨਾਪ ਤੂੰ ਦੇ ਗਈ ਗਹਿਰਾ ਨੂੰ। ਉਂਗਲੀ ਉੱਤੇ ਦਾਗ ਤੇ ਲੜੇ ਸਾਡੇ ਛੱਲੇ ਦਾ, ਮੁੰਦਰੀ ਦਾ ਮੈਂ ਸੁਣਿਆ ਨਾਪ ਤੂੰ ਦੇ ਗਈ ਗਹਿਰਾ ਨੂੰ। ਅਤੇ ਮੈਨੂੰ ਥੈਂਕ ਯੂ ਜੀ, ਮੈਨੂੰ ਇੱਦਾਂ ਲੱਗਦਾ ਕਿ ਇਹ ਤੋਂ ਵੱਧ ਟੋਰਚਰ ਨਹੀਂ ਹੋਣਾ ਪਸੰਦ ਕਰੂਗਾ ਬਾਈ। ਨਹੀਂ ਵੈਸੇ ਦਾਗ ਸੱਚੋ ਸੀਗਾ ਉਹਨਾਂ ਦੇ ਛੱਲੇ ਦਾ? ਹਾਂਜੀ। ਹਿੰਦੀ ਗਾਣਾ ਜੇ ਤੁਸੀਂ ਸੁਣਾਉਣਾ ਚਾਹੁੰਦੇ ਹੋ, ਕੋਈ ਤੁਹਾਡਾ ਫੇਵਰੇਟ? ਹਿੰਦੀ ਗਾਣਾ, ਹਾਂ।
हां जी ये गाना ना मैं जेडे की मेरे नाल होंदे ने जेडे मेरे जिन्ना नु मैं रोज दा मिलना है कीता है ना ओना सब ने जरूर सुनया होना है गाना ते बहुत मेरे इदा लगदा कि ओना ने शॉर्ट में सो गया है गाना पर अच्छा। मैं ये गाना गान दा बहुत शौक है चलो एक सानू भी सुना दो आपा आज चैनल दे उत्ते सारे ऑडियंस नु कर देंगे ठीक हां जी चलो हां जी गुलाबी आंखें जो तेरी देखी शराबी अदल हो गया संभालो मुझको ओ मेरे यारो संभालना मुश्किल हो गया सॉरी जी किसी टॉर्चर्स लगा हो नहीं यार मैं तो सोच रहा था ऑडियंस को टॉर्चर करिए बट वो तो मैं लगता फॉल इन लव वाला काम हो जाना थोड़ी वॉइस ना तुम ए दसो मैनू कद डेट्स मिल सकते हैं आप गाना कद करिए अगला साडा जिहड़ा सवाल है इस असीं तुहानूं देवांगे एक डायलॉग ठीक है तुसीं ये डायलॉग नूं बोलना है एज इट इज ठीक है ये हैगा निमरत खैरा वाला ठीक है मैनूं तरीका ना सिखाओ मैनूं गुस्सा आया आ जवाक चकना मैं बड टप जाणा मैनूं तरीका ना सिखाओ जे मैनूं गुस्सा आया आ जवाक चकना टप जाणा बड ये तो यार सच्चे गुस्सा करके मैं लगता है तो कॉफ़ी लो प्लीज ठंडा हो जाओ पहला ठीक है ठीक है तो एक आप डायलॉग हम थोड़ा होर देवे ये तो यार बड़ा सिरा करता काम एंड करता उरे तो आप एक होर देवे तो इस हम थोड़ा ट्विस्ट पाना ठीक है ये डायलॉग होगा जोड़ा हूँ तुम्हें पंजाबी बोलना एक बार हिंदी से ठीक है बसंती इन कुत्तों के सामने मत नाचना ठीक है इनू पंजाबी बोलना है तो अलग अलग तीन फॉर्म के बोलना जिम्मे रोमांटिक हो गया गुस्से के हो गया एवं ठीक है एक नॉर्मल बसंती इन कुत्तों के सामने हाँ जी बसंती इन कुत्तों के सामने मत नाचना सोना सीगा ते हुण पंजाबी च बसंती इन कुत्ते के सामने नहीं नाचना लाइक ए वाला ज्यादा कहती मेनू लगता ना एक बार छोले मूवी है जी पंजाबी च भी बननी चाहिए है थोनू नहीं लगता तो वो बसंती का रोल आप किनू देना दसो ठीक है ते हुण इहनू अलग अलग फॉर्म दे विच बोलो जिदा कि हाँ बसंती इन कुत्तियां दे सामने नहीं नचना अच्छा हुण रोमांटिक फॉर्म दे विच एक परी जी आवाज रोमांटिक बसंती इन कुत्तियां दे सामने नहीं नचना ठीक है अपना तीन बार हो चुके हैं ते वैसे थोनू मूवीज दा किन्ना शौक है देखण दा मूवी देखण दा बहुत शौक है अच्छा ते फिर आपां कद जा रहे मूवी देखण सीरियसली तो फिर कोई चक्कर नहीं आप मूवी का प्लान कुछ होर कर लें कुछ होर हो आइडिया मैंने दसो यार कोई होर थोड़े निगाह च हो आओ चाह भी चलूगी ना साढ़े को चाह है बट मैं तो सुनया कि कुड़ी पांच छे बार पी लें चाह मतलब साढ़े भी सोर्सिस दे विच है ये मैं जान के नहीं पुछा वैसे है सच्ची है टपरी वाली पीनी कदे होया इदां कि तुसी किते जा रहे हो रोड दे उत्ते तुसी नॉर्मली मे बी रुक के पींदे होवो यूजुअली इदां हुंदा कि कई बार जी करे आंदा है ना चाह पीण नूं रात नूं वी है ना साडे उत्थे गजेंद्रा हॉस्पिटल बहुत फेमस है जिवें इत्थे वी हैगा ना चंडीगढ़ दे विच वी हैगा हां जी है ना पीजीआई हां जी ते ओदे ही साडे इत्थे पटियाले बहुत फेमस है कि सानू फिर जद भी राती चाह पीण दा मन करे चाह तां वैसे आपां उदां घर भी बना लईए पर टपरी ते पीण दा जिहड़ा ਮਜ਼ਾ ਹੁੰਦਾ ਉਹ ਕੁਛ ਅਲੱਗ ਹੁੰਦਾ ਹੈ ਨਾ ਤੇ ਮੈਂ ਬਹੁਤ ਹੀ ਵੱਡੀ ਫੀਲਰ ਹਾਂ ना भाजी उन्होंने भी अरेंजमेंट बहुत सोहना करे अपने गैरी भाजी उन्होंने देखो कि वधिया थोड़े अरेंजमेंट करिया ते भाजी हुण भी सिंगर ने हाँ जी मैं भी हाँ वैसे बहुत सोहना गाना मैं सुनावांगे कदे तुहानूं गाना
ਤੇ ਅੱਛਾ ਵੈਸੇ ਤੁਸੀਂ ਮੈਨੂੰ ਵੀ ਸੁਣਨ 'ਚ ਆਇਆ ਇਹ ਕਿ ਤੁਸੀਂ ਘੁੰਮਦੇ ਬਹੁਤ ਹੋ ਕਿ ਜਿਵੇਂ ਇੰਡੀਆ ਦੇ ਵਿੱਚ ਹੀ ਨਹੀਂ ਆਊਟ ਆਫ ਇੰਡੀਆ ਵੀ ਇਹ ਗੱਲ ਸੱਚੀ ਹੈ ਕਿੱਥੇ ਕਿੱਥੇ ਜਾਣਾ ਮਤਲਬ ਹੁਣ ਤਾਂ ਕਿੱਥੇ ਕਿੱਥੇ ਵਿਜ਼ਿਟ ਕਰਿਆ ਤੁਸੀਂ ਅੱਛਾ ਅੱਗੇ ਫਿਰ ਆਪਾਂ ਇਕੱਠੇ ਜਾਵਾਂਗੇ ਠੀਕ ਅਤੇ ਇਹ ਹੁਣ ਜਿਹੜੀ ਇਮੋਜੀਜ਼ ਅਸੀਂ ਦੇ ਰਹੇ ਹਾਂ ਤੁਸੀਂ ਦੱਸਣਾ ਹੈ ਆਰਟਿਸਟ ਨੂੰ ਡੈਡੀਕੇਟ ਕਰਨੀਆਂ ਨੇ ਅਤੇ ਦੇਣੀ ਹੈ ਕਿਉਂ ਰੀਜ਼ਨ ਹੈ ਵਾਈ ਠੀਕ ਹੈ ਅਤੇ ਸ਼ੁਰੂ ਕਰਨ ਜਾ ਰਹੇ ਹਾਂ ਜੀ ਪਹਿਲਾ ਨਾਮ ਹੈ ਅਵਕਾਸ਼ ਮਾਨ ਤੁਸੀਂ ਇਹਨਾਂ ਨੂੰ ਗਾਣਾ ਕਰਿਆ ਕਿਉਂਕਿ ਇਹ ਸਮਾਈਲਿੰਗ ਫੇਸ ਉਹ ਹੱਸਦੇ ਰਹਿੰਦੇ ਨੇ ਹਨਾ ਕਿਸੇ ਵੀ ਕੋਈ ਵੀ ਕੁਝ ਵੀ ਪੁੱਛੋ ਉਹਨਾਂ ਨੇ ਹੱਸ ਕੇ ਜਵਾਬ ਦੇਣਾ ਉਹ ਉਹਨਾਂ ਦੀ ਸ਼ਕਲ ਮਤਲਬ ਉਹਨਾਂ ਦੇ ਫੇਸ ਐਕਸਪ੍ਰੈਸ਼ਨ ਫੇਸ ਫੀਚਰ ਦੀ ਗੱਲ ਕਰੀਏ ਆਪਾਂ ਉਹਨਾਂ ਦੇ ਹਰਭਜਨ ਮਾਨ ਜੀ ਨਾਲ ਬਹੁਤ ਮਿਲਦੇ ਨੇ ਆਪਣੇ ਫਾਦਰ ਸਾਹਿਬ ਨਾਲ ਜ਼ਿਆਦਾ ਮਿਲਦੇ ਨੇ ਮਦਰ ਨਾਲੋਂ ਹਨਾ ਹਾਂਜੀ ਹਾਂਜੀ ਤੇ ਉਹਨਾਂ ਦੀ ਨੇਚਰ ਕਿਵੇਂ ਵੈਸੇ ਵੈਰੀ ਨਾਈਸ ਬਹੁਤ ਵਧੀਆ ਨੇ ਹਨਾ ਕਾਫੀ ਜ਼ਿਆਦਾ ਮਤਲਬ ਉਹ ਮੈਨੂੰ ਸ਼ਰਮਾਉਂਦੇ ਜ਼ਿਆਦਾ ਲੱਗਦੇ ਨੇ ਹਾਂਜੀ ਸ਼ਾਈ ਵੀ ਨਹੀਂ ਬਟ ਔਨ ਦਾ ਅਦਰ ਹੈਂਡ ਕਿ ਜਿੱਦਾਂ ਹਨਾ ਆਪਾਂ ਗੱਲਬਾਤ ਕਰੀਏ ਜਾਂ ਕੁਝ ਵੀ ਆ ਬਹੁਤ ਵਧੀਆ ਨੇ ਬਹੁਤ ਹੀ ਪਿਆਰੇ ਜੀ ਅੱਛਾ ਮਤਲਬ ਮੇਰੇ ਵਰਗੇ ਨੇ ਥੈਂਕ ਯੂ ਦੂਸਰਾ ਨਾਮ ਹੈ ਜੀ ਪਰਮੇਸ਼ ਵਰਮਾ ਦਾ ਤੇ ਉਹਨਾਂ ਨੂੰ ਦੱਸੋ ਤੁਸੀਂ ਕਿਹੜੀ ਇਮੋਜੀ ਡੈਡੀਕੇਟ ਕਰੋ ਉਹ ਈਵਨ ਉਹ ਵੀ ਪਟਿਆਲਾ ਤੋਂ ਨੇ ਤੁਹਾਡੇ ਹਾਂਜੀ ਪਟਿਆਲੇ ਵਾਲਿਆਂ ਨੂੰ ਤਾਂ ਘੈਂਟ ਦੋਗੇ ਮੈਨੂੰ ਪਤਾ ਹੈ ਏਰੀਆ ਦਾ ਚੱਕਰ ਪੈ ਜਾਂਦਾ ਨਾ ਕਿਉਂ ਮੈਨੂੰ ਇਦਾਂ ਲੱਗਦਾ ਮੈਂ ਕਦੇ ਵੀ ਸੀ ਇਹ ਲਾਈਫ ਤਾਂ ਹਲੇ ਉਹਨਾਂ ਨੂੰ ਮਿਲੀ ਨਹੀਂ ਕਦੇ ਪਰ ਇੱਕ ਵੀ ਮੈਂ ਉਹਨਾਂ ਦਾ ਨਾ ਗਾਣਾ ਚਲੋ ਫਿਰ ਆ ਗਾਣਾ ਸੁਣਾਓ ਥੋੜਾ ਜਿਹਾ ਅਸੀਂ ਮੌਕਾ ਨਹੀਂ ਛੱਡਦੇ ਹੁੰਦੇ ਹਾਂਜੀ ਕਿਉਂ ਐਨਕਾਂ ਨਾਲ ਛੁਪਾਏ ਨੀ ਹਨਾ ਏਦਾਂ ਕੁਛ ਸੀਗਾ ਲਾਡੀ ਚਾਲ ਨੇ ਲਿਖਿਆ ਗਾਣਾ ਸੋਰੀ ਪਰਮੇਸ਼ ਭਾਅ ਜੀ ਅਸੀਂ ਗਾਣਾ ਭੁੱਲ ਗਏ ਹਾਂ ਇਹ ਤਾਂ ਸੱਚੀ ਹੋ ਅਤੇ ਅਗਲਾ ਹੈ ਪੁਖਰਾਜ ਭੱਲਾ ਤੁਸੀਂ ਜਾਣਦੇ ਹੋ ਹੈਲੋ ਭਾਅ ਜੀ ਕੀ ਹਾਲ ਚਾਲ ਪੁਖਰਾਜ ਜੀ ਦੇਖ ਰਹੇ ਹੋ ਤੁਸੀਂ ਸਮਾਈਲੀ ਫੇਸ ਨੇਚਰ ਕਿੱਦਾਂ ਆਣਾ ਦਾ ਕਿਉਂ ਦੇ ਰਹੇ ਵੈਸੇ ਬਿਕਾਜ਼ ਉਹਨਾਂ ਨੇਚਰ ਹੀ ਬਹੁਤ ਵਧੀਆ ਹੈ ਓ ਮਤਲਬ ਪੱਲਵੀ ਮਤਲਬ ਜਿਹਨੂੰ ਕਹਿੰਦੇ ਨੇ ਹਾਸੀ ਮਜ਼ਾਕ ਹੈ ਨਾ ਬਹੁਤ ਵਧੀਆ ਕਰਦੇ ਨੇ ਇਸ ਕਰਕੇ ਅੱਛਾ ਤੁਸੀਂ ਇਹਨਾਂ ਨੂੰ ਕਿਵੇਂ ਜਾਣਦੇ ਹੋ ਪੁਖਰਾਜ ਆਣਾ ਪੁਖਰਾਜ ਨੂੰ ਮੈਂ ਜਾਣਦੀ ਆ ਹਰਜੀਤਾ ਵਿੱਚ ਪੁਖਰਾਜ ਸੀਗੇ ਜਿਹੜਾ ਕਿ ਉਹਨਾਂ ਨੇ ਮਨਪ੍ਰੀਤ ਦਾ ਕੈਰੈਕਟਰ ਪੁਖਰਾਜ ਨੇ ਕੀਤਾ ਸੀ ਤੇ ਬਸ ਉਸ ਤੋਂ ਸਾਡਾ ਅੱਛਾ ਚਲੋ ਆਪਾਂ ਹੁਣ ਅਗਲੇ ਸਵਾਲ ਮਤਲਬ ਅਗਲੇ ਨਾਮ ਵੱਲ ਵੱਧਦੇ ਹਾਂ ਸੋਰੀ ਠੀਕ ਹੈ ਇਹ ਸਿੰਗਰ ਐਕਚੁਲੀ ਮੇਰਾ ਫੇਵਰੇਟ ਹੈ ਅਤੇ ਰਾਈਟਿੰਗ ਬਹੁਤ ਜ਼ਬਰਦਸਤ ਆ ਮੁੰਡੇ ਦੀ ਅਤੇ ਸਪੈਸ਼ਲੀ ਨਾ ਪਤਾ ਨਹੀਂ ਕਿਹੜਾ ਸ਼ੈਂਪੂ ਯੂਜ਼ ਕਰਦੇ ਬਾਲ ਬੜੇ ਸੋਹਣੇ ਨੇ ਕੁੜੀਆਂ ਵਰਗੇ ਬਾਲ ਨੇ ਗੈਸ ਕਰੋਗੇ ਕੌਣ ਹੋਏਗਾ ਤੁਸੀਂ ਕੰਮ ਕਰਿਓ ਹਾਂਜੀ ਕੋਰ ਵਾਲਾ ਮਾਂ ਅਤੇ ਇਹਨਾਂ ਨੂੰ ਦੱਸੋ ਕਿਹੜੀ ਮੋਜੀ ਤੁਸੀਂ ਡੈਡੀਕੇਟ ਕਰਨਾ ਚਾਹੋਗੇ ਮੈਨੂੰ ਤਾਂ ਲੱਗਦਾ ਮੇਰਾ ਦਿਲ ਟੁੱਟਿਆ ਹੀ ਅੱਜ ਨਹੀਂ ਮਤਲਬ ਇਹਨਾਂ ਦੀ ਵੀ ਨੇਚਰ ਬਹੁਤ ਵਧੀਆ ਹੈ ਹਨਾ ਇਹ ਬਹੁਤ ਹੀ ਸ਼ਾਈ ਕਿਸਮ ਦੇ ਨੇ ਹਨਾ ਤੇ ਕੁੜੀਆਂ ਨੂੰ ਇਹਦੇ ਜੈਸਟਸ ਪਸੰਦ ਆਉਂਦੇ ਨੇ ਅੱਛਾ ਤੁਹਾਨੂੰ ਮਤਲਬ ਉਦਾਂ ਜੈਸਟਸ ਚਾਹੀਦੇ ਨੇ ਮੈਂ ਵੈਸੇ ਡੀਸੈਂਟ ਵੀ ਬਹੁਤ ਹੈ ਮੈਂ ਸੱਚੀ ਕਹਿ ਰਿਹਾ ਮੈਂ ਡੀਸੈਂਟ ਹਾਂ ਵੈਸੇ ਹੁਣ ਆਪਣੀ ਤਾਰੀਫ ਮੈਂ ਕਿੰਨੀ ਕਰੀ ਜਾਵਾਂ ਯਾਰ ਹਨਾ ਕੋਈ ਹੋਰ ਉਰੇ ਹੈ ਵੀ ਨਹੀਂ ਜਿਹੜਾ ਮੈਨੂੰ ਜਾਣਦਾ ਹੋਵੇ ਚੰਗੀ ਤਰ੍ਹਾਂ ਅਤੇ ਆਪਣਾ ਅਗਲਾ ਨਾਮ ਹੈ ਜੀ ਨੀਰੂ ਬਾਜਵਾ ਉਹ ਮੈਮ ਨੂੰ ਤੁਸੀਂ ਕਿੰਨੇ ਨੀਰੂ ਬਾਜਵਾ ਮੈਮ ਨੂੰ ਕਿਹੜੀ ਮੋਜੀ ਦੇਣਾ ਚਾਹੋਗੇ ਤੇ ਕਿਉਂ ਇਹ ਸਾਡਾ ਸਵਾਲ ਪਹਿਲਾਂ ਹੈ ਸ਼ੀ ਇਜ਼ ਅ ਸਟਨਰ ਉਹਨਾਂ ਨੂੰ ਦੇਖ ਕੇ ਅਸੀਂ ਹੁਣ ਤੱਕ ਇੰਨੇ ਮਤਲਬ ਹਨਾ ਵੱਡੇ ਹੋਏ ਆ ਜੇ ਉਹਨਾਂ ਦੀ ਫਿਲਮਾਂ ਦੇਖ ਕੇ ਤੇ ਹਜੇ ਤੱਕ ਵੀ ਮਤਲਬ ਕਾਫੀ ਜ਼ਿਆਦਾ ਵਧੀਆ ਕਰ ਰਹੇ ਨੇ ਮੈਮ ਹਰ ਚੀਜ਼ ਵਿੱਚ ਲਾਈਕ ਮਦਰ ਹੋਣ ਦੇ ਬਾਵਜੂਦ ਵੀ ਹਨਾ ਮਤਲਬ ਤਿੰਨ ਬੱਚਿਆਂ ਦੇ ਮਮਾ ਹੋਣ ਤੋਂ ਬਾਅਦ ਵੀ ਉਹਨਾਂ ਨੇ ਇੰਨਾ ਵਧੀਆ ਆਪਣਾ ਨੂੰ ਮੇਨਟੇਨ ਕੀਤਾ ਹੋਇਆ ਹਰ ਚੀਜ਼ ਨਾਲ ਮਾਮਾ ਡਾਇਰੈਕਸ਼ਨ ਹੈ ਐਕਟਿੰਗ ਹੈ ਲੁੱਕਸ ਨੇ ਤੇ ਸ਼ੀ ਇਜ਼ ਪਰਫੈਕਟ ਇਸ ਕਰਕੇ ਯਾਰ ਮੈਨੂੰ ਲੱਗਿਆ ਸੀ ਤੁਸੀਂ ਮੇਰੇ ਲਈ ਰੱਖਿਆ ਵੈਸੇ
ਚਲੋ ਯਾਰ ਇਹ 'ਚ ਕੋਈ ਟੁੱਟਿਆ ਹੋਇਆ ਦਿਲ ਹੈ ਮੈਨੂੰ ਲੱਗਦਾ ਮੈਨੂੰ ਆਪੇ ਦੇਣਾ ਪੈਣਾ ਵੈਸੇ ਹੋਣਾ ਨਹੀਂ ਚਾਹੀਦਾ ਵੈਸੇ ਨਹੀਂ ਨਹੀਂ ਆਪਾਂ ਬਾਅਦ 'ਚ ਗੱਲ ਕਰਾਂਗੇ ਇਹ ਹਾਲੇ ਨਹੀਂ ਆਪਾਂ ਗੱਲ ਕਰਨੀ ਅਗਲਾ ਜੀ ਨਾਮ ਸਾਵਨ ਰੂਪੋਵਾਲ ਸਿਰਫ ਫੀਮੇਲ ਆਰਟਿਸਟਾਂ ਨਾਲ ਮੀਟਿੰਗ ਕਰਦੇ ਸਿੰਗਲ ਹੋ ਕਮਿਟਡ ਇਹ ਸਵਾਲ ਨਾ ਐਕਚੁਅਲੀ ਮੈਨੂੰ ਬਹੁਤ ਜ਼ਿਆਦਾ ਮੈਸੇਜਸ ਆ ਰਹੇ ਕਿ ਇਹ ਪਤਾ ਕਰਨਾ ਮੈਮ ਤੋਂ ਜਿਵੇਂ ਮੈਂ ਪਤਾ ਲੱਗਿਆ ਉਹਨਾਂ ਨੂੰ ਕਿ ਮੈਂ ਤੁਹਾਡੀ ਇੰਟਰਵਿਊ ਕਰ ਰਿਹਾ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਪਤਾ ਕਰਿਓ ਯਾਰ ਕਿ ਸਾਡੇ ਮੈਸੇਜਸ ਦਾ ਰਿਪਲਾਈ ਨਹੀਂ ਆਉਂਦਾ ਜੁੜ ਗਿਆ ਜੀ ਮੇਰਾ ਤੇ ਆਪਾਂ ਹੁਣ ਐਕਸਪ੍ਰੈਸ਼ਨ ਦੇ ਅਗਲੇ ਨਾਮ ਵੱਲ ਵੱਧਦੇ ਜਾਂਦੇ ਹਾਂ ਸਾਵਨ ਰੂਪੋਵਾਲੀ ਤੋਂ ਬਾਅਦ ਨਾਮ ਹੈ ਸਿੱਪੀ ਗਿੱਲ ਭਾਜੀ ਦਾ ਸਿੱਪੀ ਗਿੱਲ ਭਾਜੀ ਦਾ ਨਾਮ ਨੂੰ ਹੁਣ ਤੁਸੀਂ ਦੱਸੋ ਕਿੱਦਾਂ ਕਿਹੜੀ ਇਮੋਜੀ ਤੁਸੀਂ ਜਾ ਰਹੀ ਹੈ ਕੀ ਦਿਮਾਗ 'ਚ ਆਉਂਦਾ ਉਹਨਾਂ ਨੂੰ ਦੇਖ ਕੇ ਤੇ ਕਿੱਦਾਂ ਦਾ ਉਹਨਾਂ ਦਾ ਨੇਚਰ ਉਹਨਾਂ ਦਾ ਨੇਚਰ ਬਹੁਤ ਵਧੀਆ ਹੈ ਤੇ ਜਿੱਦਾਂ ਕਿ ਉਹਨੇ ਸਿੰਗਿੰਗ ਬਹੁਤ ਸਿਰਾ ਸਾਰੀ ਚੀਜ਼ਾਂ ਬਹੁਤ ਅੱਛੀ ਹੈ ਨੇਚਰ ਵੀ ਬਹੁਤ ਅੱਛਾ ਤੇ ਤੁਸੀਂ ਤਾਂ ਉਹਨਾਂ ਨੂੰ ਪਰਸਨਲੀ ਜਾਣਦੇ ਹੋ ਨਾ ਮਿਲੇ ਹੋ ਕਾਫੀ ਵਾਰ ਤੁਸੀਂ ਆਈ ਥਿੰਕ ਉਹਨਾਂ ਦੇ ਨਾਲ ਕੋਈ ਮੂਵੀ ਕਰ ਰਹੇ ਹੋ ਮੇਰੇ ਸੁਣਨ 'ਚ ਆਇਆ ਹੈ ਹਾਂਜੀ ਮੈਂ ਤੁਸੀਂ ਦੱਸ ਨਹੀਂ ਰਹੇ ਸਾਨੂੰ ਬਟ ਸਾਡੇ ਸੋਰਸਸ ਬਹੁਤ ਪੱਕੇ ਨੇ ਜੀ ਬਿਲਕੁਲ ਉਹ ਦਿਖ ਰਿਹਾ ਹੈ ਕਿਉਂ ਕਰਾਂ ਓ ਮਾਈ ਗੋਡ ਹਾਂਜੀ ਤੇ ਉਹਨਾਂ ਦਾ ਨਾਮ ਸੈਂਡੀ ਕੀ ਹੈ ਗਦਰੀ ਉਹਦੇ ਕਰਕੇ ਹੀ ਅਸੀਂ ਦੂਜੇ ਨੂੰ ਜਾਣਦੇ ਹਾਂ ਓਕੇ ਤੇ ਕਦ ਕਰ ਰਹੀ ਹੈ ਮੂਵੀ ਤੁਹਾਡੀ ਮੂਵੀ ਰੱਬ ਨੇ ਚਾਹਿਆ ਹਨਾ ਥੀਏਟਰ ਖੁੱਲੇ ਜਲਦੀ ਤੇ ਸੀ ਦੁਆ ਕਰਦੇ ਤੇ ਸਾਰੇ ਦੁਆ ਕਰ ਰਹੇ ਥੀਏਟਰ ਖੁੱਲੇ ਤੇ ਇਹ ਮੂਵੀ ਬਾਰੇ ਕੁਝ ਹੋਰ ਅਪਡੇਟ ਸਾਨੂੰ ਜੇ ਸਭ ਤੋਂ ਪਹਿਲਾਂ ਮਿਲ ਜਾਵੇ ਚੈਨਲ ਤੇ ਹਾਂਜੀ ਜ਼ਰੂਰ ਗਦਰੀ ਉਹਦੇ ਜਿਹੜੀ ਕਿ ਆਪਣੀ ਫਿਲਮ ਹੈ ਦੈਟ ਇਜ਼ ਅ ਪੀਰੀਅਡ ਮੂਵੀ ਜਿਹੜੀ ਕਿ ਗਦਰੀ ਬਾਬਿਆਂ ਤੇ ਬਣੀ ਅੱਛਾ ਜੀ ਹਾਂਜੀ ਮੇਵਾ ਸਿੰਘ ਲੋਕੋ ਵੀ ਦੀ ਕਹਾਣੀ ਹੈ ਓਕੇ ਹਾਂਜੀ ਤੇ ਬਾਕੀ ਹੁਣ ਜੇ ਮੈਂ ਸਾਰਾ ਤੁਹਾਨੂੰ ਇੱਥੇ ਦੱਸ ਤੱਕ ਸਿਰਫ ਫਿਲਮ ਥੋੜਾ ਦੇਖਣ ਜਾਣਾ ਪਏ ਨਹੀਂ ਮੈਂ ਜ਼ਰੂਰ ਜਾਊਂਗਾ ਭਾਵੇਂ ਖਾਲੀ ਹੋਵੇ ਸਾਰਾ ਹੁਣ ਹਾਂਜੀ ਤੁਸੀਂ ਪੱਕਾ ਜਾਓ ਮੈਂ ਪਰਵਾਹ ਨਹੀਂ ਕਰਦਾ ਮੈਂ ਤਾਂ ਪਹੁੰਚ ਜਾਣਾ ਬਸ ਮੈਂ ਤਾਂ ਅੱਧਾ ਘੰਟਾ ਪਹਿਲਾਂ ਜਾ ਕੇ ਕਹਿਣਾ ਭਾਜੀ ਮੈਂ ਖੋਲੂੰਗਾ ਅੱਜ ਗੇਟ ਸਭ ਤੋਂ ਅੱਗੇ ਤੁਸੀਂ ਬੈਠ ਜਾਓ ਤੁਸੀਂ ਹੋਵੋਗੇ ਨਾ ਟਿਕਟ ਮੈਂ ਸਪਾਂਸਰ ਕਰਾਂਗੀ ਤੁਹਾਨੂੰ ਫਿਰ ਤਾਂ ਦੋ ਹੋਣਗੀਆਂ ਟਿਕਟ ਅੱਛਾ ਤੁਸੀਂ ਕਿਸੇ ਨੂੰ ਨਾਲ ਵੀ ਲੈ ਕੇ ਜਾ ਰਹੇ ਹੋ ਹਾਂ ਪਟਿਆਲਾ ਤੋਂ ਇੱਕ ਕੁੜੀ ਹੈ ਤੁਸੀਂ ਚੱਲੋਗੇ ਨਹੀਂ ਨਾਲ ਨਹੀਂ ਨਹੀਂ ਤੁਸੀਂ ਉਹਨਾਂ ਨੂੰ ਲੈ ਜਾਓ ਕਿਹਨਾਂ ਨੂੰ ਜਿਹਨਾਂ ਨੂੰ ਲੈ ਕੇ ਜਾਓ ਤੁਸੀਂ ਹੋ ਪਟਿਆਲੇ ਤੋਂ ਤੁਹਾਡੀ ਗੱਲ ਹੋ ਰਹੀ ਹੈ ਤੇ ਅਗਲਾ ਨਾਮ ਹੈ ਜੀ ਐਮੀ ਵਿਰਕ ਕੋਣਾ ਦਾ ਦੇਖ ਲਓ ਭਾਜੀ ਤੁਹਾਡੇ ਨਾਲ ਕੰਮ ਕਰਿਆ ਉਹਨਾਂ ਨੇ ਦੇਖਦੇ ਹਾਂ ਤੁਹਾਨੂੰ ਕਿਹੜੀ ਇਮੋਜੀ ਦਿੰਦੇ ਨੇ ਕੋਈ ਹੋਰ ਬਣਵਾਉਣੇ ਆ ਕਿ ਨਵੇਂ ਲਿਆਉਣੇ ਆ ਜਾ ਕੇ ਇਹ ਤਾਂ ਸਭ ਨੂੰ ਯਾਦ ਹੀ ਜਾ ਰਹੇ ਤੁਸੀਂ ਨਹੀਂ ਕਿਉਂਕਿ ਐਮੀ ਇਜ਼ ਵੈਰੀ ਫਨੀ ਸੱਚੀ ਐਮੀ ਜਿਹੜੇ ਆਪਾਂ ਫਿਲਮਾਂ 'ਚ ਦੇਖਦੇ ਹਾਂ ਐਮੀ ਸੱਚੀ ਬਹੁਤ ਫਨੀ ਇਸ ਕਰਕੇ ਤੇ ਉਹਨਾਂ ਨਾਲ ਕੋਈ ਇਦਾਂ ਦਾ ਇੰਸੀਡੈਂਟ ਹੋ ਰਿਹਾ ਕਿ ਮਤਲਬ ਕੋਈ ਵੀ ਫਨੀ ਵਾਲਾ ਕੋਈ ਮੂਵਮੈਂਟ ਹੋਵੇ ਤੁਹਾਡੀ ਉਹਨਾਂ ਦੇ ਨਾਲ ਕੋਈ ਸ਼ੂਟ ਦੇ ਦਿਨਾਂ ਦੇ ਵਿੱਚ ਚੱਲ ਜਾਏਗੀ ਨਹੀਂ ਐਦਾਂ ਦਾ ਕੁਝ ਨਹੀਂ ਬਸ ਗੱਲਾਂ ਬਾਤਾਂ ਦੇ ਨਾਲ ਗੱਲਬਾਤ ਕਰਕੇ ਪਤਾ ਲੱਗ ਜਾਂਦਾ ਕਿ ਜਿੱਦਾਂ ਉਹ ਫਿਲਮਾਂ ਦੇ ਵਿੱਚ ਹੈ ਨਾ ਉਹ ਟੈਂਡ ਨਹੀਂ ਕਰਦੇ ਉਹ ਉਦਾਂ ਹੀ ਨੇ ਅੱਛਾ ਹਾਂਜੀ ਤੇ ਕਦ ਮਿਲਾ ਰਹੇ ਹੋ ਸਾਨੂੰ ਐਮੀ ਉਹਨਾਂ ਨਾਲ ਜਲਦੀ ਮਿਲਦੇ ਠੀਕ ਹੈ ਕੋਈ ਅੱਗੇ ਕੋਈ ਫਿਊਚਰ ਪਲਾਨ ਕਿ ਉਹਨਾਂ ਨਾਲ ਮੂਵੀ ਆ ਰਹੀ ਹੋਵੇ ਤੁਹਾਡੀ ਕਦੇ ਨਹੀਂ ਹਜੇ ਤੱਕ ਤਾਂ ਨਹੀਂ ਪਰ ਸਾਡੇ ਸਾਲ ਓਕੇ ਤੇ ਅਗਲਾ ਨਾਮ ਹੈ ਜੀ ਸੋਨੀਆ ਮਾਂ ਤੁਸੀਂ ਉਹਨਾਂ ਨਾਲ ਵੀ ਕੰਮ ਕਰਿਆ ਗਿਆ ਫਿਲਮ ਦੇ ਵਿੱਚ ਸਾਡੇ ਸੋਰਸ ਬਹੁਤ ਪੱਕੇ ਨੇ ਬਹੁਤ ਪਹਿਲਾਂ ਦੀ ਗੱਲ ਹੈ ਅਸੀਂ ਬਹੁਤ ਜ਼ਿਆਦਾ ਪੁਰਾਣਾ ਡਾਟਾ ਕੱਟਿਆ ਵੈਸੇ ਉਹਨਾਂ ਨਾਲ ਮੇਰੀ ਕੋਈ ਇੰਨੀ ਇੰਟਰੈਕਸ਼ਨ ਰਹੀ ਨਹੀਂ ਬਟ ਜਿੱਦਾਂ ਕਿ ਆਪਾਂ ਹਨਾ ਸੋਸ਼ਲ ਮੀਡੀਆ ਤੇ ਦੇਖੀਏ ਜਾਂ ਕੁਛ ਵੀ ਹੈ ਮੈਨੂੰ ਸ਼ੀ ਇਜ਼ ਵੈਰੀ ਪ੍ਰੀਟੀ ਬਹੁਤ ਸੋਹਣੇ ਲੱਗਦੇ ਆ ਮੈਨੂੰ ਉਹ ਪ੍ਰੀਟੀ ਆ ਇਸ ਕਰਕੇ
ਅਗਲਾ ਨਾਮ ਹੈ ਜੀ ਹੈਪੀ ਰਾਏਕੋਟੀ ਦਾ। ਮੈਨੂੰ ਲੱਗਦਾ ਤੁਸੀਂ ਉਹਨਾਂ ਨਾਲ ਵੀ ਕੰਮ ਕਰਿਆ। ਹਾਂਜੀ, ਤੁਸੀਂ ਕੋਈ ਨਹੀਂ ਛੱਡਿਆ ਇੰਡਸਟਰੀ 'ਚ ਕੰਮ ਕਰੇ ਬਿਨਾਂ, ਸਿਰਫ ਮੇਰੇ ਤੋਂ ਬਿਨਾਂ ਸਾਰਿਆਂ ਨਾਲ ਕੰਮ ਕਰਿਆ ਤੁਸੀਂ। ਹੈਪੀ ਰਾਏਕੋਟੀ ਨੂੰ ਇਹ ਇਸ ਲਈ ਕਿਉਂਕਿ ਉਹਨਾਂ ਦੇ ਗਾਣੇ ਬਹੁਤ ਪਿਆਰੇ ਲੱਗਦੇ ਆ ਮੈਨੂੰ। ਅਸੀਂ ਸਕੂਲ ਟਾਈਮ ਤੋਂ ਉਹਨਾਂ ਦੇ ਗਾਣੇ ਸੁਣਦੇ ਹੁੰਦੇ ਸੀ। ਫਿਰ ਜਦ ਮੈਂ ਉਹਨਾਂ ਨਾਲ ਕੰਮ ਕੀਤਾ ਆ, ਹੈ ਨਾ, ਗੱਲਬਾਤ ਹੋਈ ਤਾਂ ਹੀ ਇਜ਼ ਵੈਰੀ ਸ਼ਾਈ ਥੋੜ੍ਹਾ ਬਹੁਤ, ਅਤੇ ਮਤਲਬ ਮੇਰੇ ਵਾਂਗੂ ਸ਼ਾਈ ਨਾ ਬੇਚਾਰੇ। ਤੁਸੀਂ ਤਾਂ ਬਹੁਤ ਸ਼ਾਈ ਹੋ ਨਾ, ਤੁਹਾਡਾ ਕੀ ਦੱਸਿਆ ਉਹਨਾਂ ਨੇ। ਸਹੀ ਗੱਲ ਹੈ। ਵੈਸੇ ਇੱਕ ਹੋਰ ਨਾ ਮੈਂ ਸਾਡੇ ਕੋਲ, ਉਹ ਆਰਟਿਸਟ ਹੈ, ਮਤਲਬ ਨਵਾਂ ਮੁੰਡਾ ਹੈ ਇੰਡਸਟਰੀ ਦੇ ਵਿੱਚ ਐਂਟਰ ਕਰ ਰਿਹਾ ਹੈ, ਲਾਈਕ ਠੀਕ ਠਾਕ ਹੈ ਦੇਖਣ 'ਚ, ਤੁਹਾਡੇ ਮੂਹਰੇ ਤਾਂ ਲੁਕਸ ਉਹਦੀਆਂ ਘੱਟ ਨੇ, ਮਤਲਬ ਹੈਂਡਸਮ ਹੈ ਥੋੜ੍ਹਾ ਜਿਹਾ, ਅਤੇ ਉਹਨਾਂ ਬਾਰੇ ਤੁਸੀਂ ਇੱਕ ਇਮੋਜੀ ਡੈਡੀਕੇਟ ਕਰਨੀ ਹੈ। ਵਧੀਆ ਜੀ, ਵਧੀਆ ਜੀ ਹੀ ਕਰਨੀ ਹੈ, ਮਤਲਬ ਨਾਮ ਦੱਸਣ ਦੀ ਲੋੜ ਹੈ ਵੈਸੇ? ਮੰਥਨ ਮੌਦਗਿੱਲ ਨਾਮ ਹੈ ਉਹਨਾਂ ਦਾ। ਓ ਤਿੰਨ, ਦੇਖਿਆ ਮੈਂ ਕਿੰਨਾ ਲੱਕੀ ਹਾਂ, ਮੇਰੇ ਕੋਲ ਤਿੰਨ ਇਮੋਜੀਜ਼ ਨੇ ਗਾਇਸ, ਪਰ ਵਧੀਆ ਹੋਣ। ਜੇ ਤੁਸੀਂ ਵਧੀਆ ਇਮੋਜੀ ਦਿੱਤੇ ਨਾ, ਮੈਂ ਤੁਹਾਨੂੰ ਸ਼ਾਇਰੀ ਸੁਣਾਉਂਗਾ ਤੁਹਾਡੇ ਲਈ ਲਿਖੀ ਆ। ਅੱਛਾ, ਫਿਰ ਇਹ ਨਾ, ਅੱਛਾ ਚਲੋ, ਫਿਰ ਮੰਥਨ ਲਈ ਆ ਦੋ ਇਮੋਜੀਜ਼ ਨੇ। ਅੱਛਾ, ਵੈਸੇ ਇੱਕ ਹੋਰ ਸੀਗੀ, ਤੈਨੂੰ ਕਿਹਾ ਸੀ ਤੁਸੀਂ? ਉਹ ਫਿਰ ਮੈਂ ਉਹ ਸ਼ਾਇਰੀ ਤੋਂ ਬਾਅਦ ਤਰੀਫ ਸੁਣ ਲਈ ਹੈ ਨਾ ਥੋੜ੍ਹੀ ਜਿਹੀ, ਫਿਰ ਉਹ ਤੋਂ ਬਾਅਦ। ਅੱਛਾ, ਅੱਜ ਮੈਂ ਤੁਹਾਨੂੰ ਸ਼ਾਇਰੀ ਸੁਣਾਉਣ ਜਾ ਰਿਹਾ ਕਿ ਅੱਜ ਮੈਨੂੰ ਨਹੀਂ ਕਿਸੇ ਨਾਲ ਵਾਸਤਾ, ਠੀਕ ਹੈ, ਅੱਜ ਮੈਨੂੰ ਨਹੀਂ ਕਿਸੇ ਨਾਲ ਵਾਸਤਾ ਕਿਉਂਕਿ ਮੇਰੇ ਨਾਲ ਬੈਠੇ ਨਹੀਂ ਵਾਸਤਾ। ਵੈਸੇ ਤੁਸੀਂ, ਮੈਂ ਸੁਣਿਆ ਕਿ ਕਰ ਲੈਂਦੇ ਹੋ ਥੋੜ੍ਹੀ ਬਹੁਤ। ਹਾਂਜੀ, ਥੋੜ੍ਹੀ ਬਹੁਤ। ਕਿੱਦਾਂ ਮਤਲਬ? ਮੈਂ ਜਦ ਵੀ ਸ਼ਾਇਰੀ ਕਰਦਾ ਨਾ, ਮੇਰੇ ਦੋਸਤ ਕਹਿੰਦੇ ਨੇ ਕਿ ਤੂੰ ਜ਼ਿਆਦਾ ਬੜਾ ਸ਼ਾਇਰ ਤਾਂ ਨਹੀਂ ਬਣ ਸਕਦਾ, ਪਰ ਤੇਰੀ ਅਸੀਂ ਗਰੰਟੀ ਦਿੰਦੇ ਕਿ 20 ਰੁਪਏ ਦੀ ਨਾ ਕਾਪੀ ਵਿਕਿਆ ਕਰੂਗੀ ਬੱਸਾਂ ਦੇ ਵਿੱਚ, ਜਿਹੜੇ ਵੇਚਦੇ ਨਹੀਂ ਹੁੰਦੇ। ਅੱਛਾ, ਫ੍ਰੀ 'ਚ ਲੈ ਲੈਣਗੇ, ਰੱਦੀ ਵਾਲੇ ਤਾਂ ਆਪਣੀ ਤਾਂ ਲੈ ਰਹੇ, ਮੇਰੀ ਤਾਂ ਰੱਦੀ ਵਾਲੇ ਲੈ ਜਾਣਗੇ। ਅੱਛਾ, ਦੇ ਦਿੰਦੇ ਨੇ, ਕੀ ਪਤਾ ਵਿਚਾਰੇ ਕਹਿਣ ਕਿ ਸਾਨੂੰ ਰੱਦੀ ਵੀ ਨਹੀਂ ਚਾਹੀਦੀ ਮੇਰੇ ਵਾਲੀ, ਤੁਹਾਡੇ ਵਾਲੇ ਤਾਂ ਚੱਲ ਹੋ ਜਾਏਗੀ। ਚਲੋ ਇੱਕ ਕੋਈ ਸ਼ਾਇਰੀ ਤੁਸੀਂ ਕਿਸੇ ਹੈਂਡਸਮ ਦੇ ਮੁੰਡੇ ਨੂੰ ਕੋਈ ਡੈਡੀਕੇਟ ਕਰਨੀ ਆ, ਚਲੋ ਉਹਦੇ ਕੋਈ ਹੋਰ ਤਾਂ ਹੈ ਨਹੀਂ, ਮੈਨੂੰ ਕਰ ਦਿਓ। ਕੈਮਰੇ 'ਚ ਦੇਖ ਕੇ ਕਰਨਾ ਮੈਨੂੰ। ਹਾਂ ਅੱਛਾ, ਤੁਸੀਂ ਮੈਥੋਂ ਸ਼ਰਮਾ ਤਾਂ ਨਹੀਂ ਰਹੇ ਮਤਲਬ? ਫਿਰ ਜੇ ਮਤਲਬ ਕੋਈ ਇੱਦਾਂ ਦੀ, ਹਾਂ ਵੈਸੇ ਮੈਂ ਸੁਣਿਆ ਬਹੁਤ ਤੇਜ਼ ਹੁੰਦੀਆਂ ਨੇ ਯਾਰ, ਸਹੀ ਗੱਲ ਹੈ? ਹਾਂ, ਤਾਂ ਗਲਤ ਗੱਲ ਹੈ, ਤੁਸੀਂ ਵੀ ਤੇਜ਼ ਹੋ ਯਾਰ। ਹੋ, ਮੰਮੀ ਦਿਲ ਟੁੱਟ ਗਿਆ ਮੇਰਾ। ਹਾਂ, ਅੱਗੇ ਦੱਸੋ ਤੁਸੀਂ ਮੈਨੂੰ ਸ਼ਾਇਰੀ ਦਾ ਸੁਣਾਓ ਜਿਹੜੀ ਮੈਨੂੰ ਤੁਸੀਂ ਡੈਡੀਕੇਟ ਕਰੀ। ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਠੁੱਠੀ, ਬਾਂਦਰ ਬੁੰਦਰੇ ਕਹਿ ਕੇ ਬੁਲਾਉਂਦੇ ਨੇ, ਮੇਰਾ ਨਾਮ ਕਿਸੇ ਨੂੰ ਪਤਾ ਨੀ। ਚਲੋ ਕੋਈ ਫਨੀ ਮੂਮੈਂਟ ਅੱਜ ਵਾਲੀ ਤਾਂ ਤੁਸੀਂ ਕ੍ਰੀਏਟ ਕਰ ਲਈ ਆ ਫਨੀ, ਤੁਸੀਂ ਅੱਗੇ ਜਾ ਕੇ ਕਹਿਣ ਜੋਗੇ ਹੋ ਕਿ ਮੈਂ ਕਿਸੇ ਨੂੰ ਬਾਂਦਰ ਬੂਤੀ ਕਿਹਾ ਸੀ, ਤੇ ਆਪਾਂ ਪੁਰਾਣੀ ਗੱਲ ਕਰੀਏ ਤੁਹਾਡਾ। ਆਪਾਂ ਗੱਲ ਕਰਦੇ ਹਾਂ ਹੁਣ ਕਿ ਕੋਈ ਫਨੀ ਮੂਮੈਂਟ ਇੰਡਸਟਰੀ ਦੇ ਵਿੱਚ ਤੁਸੀਂ ਕੰਮ ਕਰਦੇ ਹੋ, ਵੈਸੇ ਹੁੰਦੇ ਆ ਕਦੇ ਬਾਰਗਨਿੰਗ ਕਰੀਏ ਤੁਸੀਂ? ਹਾਂਜੀ, ਲਾਈਕ ਕਦੇ ਸੀਰੀਅਸਲੀ ਕਿ ਕਦੇ ਤੁਸੀਂ ਬਾਰਗਨਿੰਗ ਕਰਨ ਗਏ ਹੋ, ਮੈਂ ਤੁਹਾਨੂੰ ਕਿਸੇ ਨੇ ਪਛਾਣ ਲਿਆ ਹੋਵੇ, ਚਲੇ ਸੀਰੀਅਸਲੀ ਯਾਰ ਤੁਸੀਂ ਬਾਰਗਨਿੰਗ ਕਰ ਰਹੇ ਹੋ, ਐਡੇ ਬੜੇ ਸਟਾਰ ਹੋ ਤੁਸੀਂ। ਕੁਝ ਬਾਰਗਨਿੰਗ ਦਾ ਕਿੱਸਾ ਨਾ ਥੋੜ੍ਹਾ ਇੱਦਾਂ ਦਾ ਕਿ ਕੁੜੀਆਂ ਨੂੰ ਸ਼ੌਂਕ ਹੁੰਦਾ ਜੀ ਅਸੀਂ ਬਾਰਗਨਿੰਗ ਕਰੀਏ, ਹੈ ਨਾ। ਇਹ ਕਿੱਦਾਂ ਦਾ ਸ਼ੌਂਕ ਹੈ ਯਾਰ? ਕਿਉਂਕਿ ਸਿਖਾਇਆ ਜਾਂਦਾ ਨਾ ਕੁੜੀਆਂ ਨੂੰ, ਇਹ ਤਾਂ ਕੁੜੀਆਂ ਦਾ ਹੱਕ ਹੁੰਦਾ, ਹੈ ਨਾ, ਹੱਕ। ਸੀਰੀਅਸਲੀ ਮੈਂ ਵੀ ਸੋਚਿਆ ਇੱਕ ਦਿਨ ਕਿ ਮੈਂ ਬਾਰਗਨ ਕਰਦੀ। ਓਕੇ, ਮੈਂ ਨਾ ਇੱਕ ਬੈਗ ਜਿਹਾ ਲੈਂਦੀ ਰੈਂਡਮ ਸ਼ੌਪ ਤੋਂ, ਹੈ ਨਾ, ਪਟਿਆਲੇ ਸਾਡੀ ਏਸੀ ਮਾਰਕੀਟ ਤੋਂ, ਅਤੇ ਮੈਂ ਉੱਥੋਂ ਨਾ ਬੈਗ ਬੂਗ ਲੈ ਲਿਆ, ਅਤੇ ਮੈਨੂੰ ਯਾਦ ਆ ਗਿਆ, ਮੈਂ ਕਿਹਾ ਉਹ ਮੈਂ ਤਾਂ ਬਾਰਗਨ ਕਰਕੇ ਦੇਖ ਲਈ ਕਿ ਬਾਰਗਨਿੰਗ ਕਿੱਦਾਂ ਕਰੀਦੀ ਆ, ਹੈ ਨਾ, ਆਪਾਂ ਦੇਖਦੀ ਹਾਂ, ਫਿਰ ਦਾਦੀ ਮਾਂ ਨੂੰ ਦੇਖਿਆ ਮੈਂ, ਹੈ ਨਾ, ਵੀ ਬਾਰਗਨਿੰਗ ਕਰਦੇ ਹੋਏ, ਮਤਲਬ ਇਹ ਫੈਮਿਲੀ ਤੋਂ ਹੀ ਟ੍ਰੈਂਡ ਚੱਲਦਾ ਹੁੰਦਾ ਬਾਰਗਨਿੰਗ ਦਾ, ਕੁੜੀਆਂ ਦਾ ਹੱਕ ਹੁੰਦਾ, ਮੁੰਡੇ ਭਾਵੇਂ ਨਾ ਕਰਨ, ਮਤਲਬ ਹੈ ਥੋੜ੍ਹਾ ਜਿਹਾ ਫੈਮਿਲੀ ਬੈਕਗ੍ਰਾਉਂਡ ਤੋਂ ਪੂਰੇ ਸਾਰੇ ਜਿੱਦਾਂ ਵੀ ਕਹਿ ਲਓ ਤੁਸੀਂ, ਹੈ ਨਾ, ਬਜ਼ੁਰਗਾਂ ਨੂੰ ਹੁੰਦਾ ਆਪਣਾ ਉਹ ਦਿਖਾਉਣ ਦਾ ਰੋਹ, ਹੈ ਨਾ, ਕੁੜੀਆਂ ਨੂੰ ਰੱਬ ਨੇ ਦਾਤ ਦਿੱਤੀ ਹੋਈ ਹੈ ਮਤਲਬ, ਹੈ ਨਾ, ਤੇ ਮੈਂ ਕਿਹਾ ਵੀ ਮੈਂ ਤੇ ਇੰਨੀ ਦੇਣੀ ਆ ਜੀ ਮੇਰੀ ਪੈਸੇ ਘਟਾ ਕੇ ਲਿੱਤੇ, ਕੀ ਹੋਇਆ ਕਿ ਮੈਂ ਆਪਣਾ ਮਾਸਕ ਥੱਲੇ ਕਰਿਆ,
ਤੇ ਉਹ ਸ਼ਾਪਕੀਪਰ ਕਹਿੰਦੇ ਤੁਸੀਂ ਉਹੀ ਹੋ ਨਾ ਹਰਜੀਤਾਂ ਵਾਲੇ ਪ੍ਰਗਤੀ ਅੱਛਾ ਮੈਂ ਕਿਹਾ ਉਹ ਸ਼ਿਟ ਮੈਂ ਕਿਹਾ ਪਛਾਣ ਲਿਆ ਉਹ ਕਿਉਂ ਪਛਾਣ ਲਿਆ ਤੇ ਹੁਣੀ ਕਿਉਂ ਪਛਾਣ ਲਿਆ ਤੁਸੀਂ ਮਾਸਕ ਵੈਸੇ ਘਟਾਉਣ ਤੋਂ ਪਹਿਲਾਂ ਕਿਹਾ ਅੱਛਾ ਮਤਲਬ ਇਹ ਤਾਜ਼ਾ ਕਾਂਡ ਹੋਇਆ ਲੋਕਡਾਊਨ ਦੇ ਵਿੱਚ ਮਾਸਕ ਦੀ ਗੱਲ ਕਰੀ ਨਾ ਹਾਂ ਜੀ ਲੋਕਡਾਊਨ ਤੋਂ ਥੋੜੀ ਮਤਲਬ ਲੋਕਡਾਊਨ ਤੋਂ ਹੋ ਗਿਆ ਸੀਗਾ ਉਹ ਤੋਂ ਬਾਅਦ ਦੀ ਗੱਲ ਹੈ ਹਨਾ ਮਤਲਬ ਜਿਆਦਾ ਖੁੱਲੇ ਹੀ ਖੁੱਲੇ ਸੀ ਥੋੜਾ ਬਹੁਤ ਖੁੱਲ ਗਿਆ ਹਾਂ 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 ਸ਼ੋਪਿੰਗ ਵਾਲਾ ਕੀੜਾ ਨਾ ਟਾਈਮ ਟਾਈਮ ਸਿਰ ਉੱਠਦਾ ਰਹਿੰਦਾ ਉਹਨਾਂ ਦਾ ਸਹੀ ਗੱਲ ਹੈ ਜੇ ਉਹਨਾਂ ਨੇ ਕਹਿ ਦੇਣਾ ਤੇ ਫਿਰ ਭੈਣ ਭਾਈਆਂ ਨੇ ਨਹੀਂ ਏਦਾਂ ਕਿੱਦਾਂ ਇਹ ਤਾਂ ਸਭ ਤੋਂ ਛੋਟੀ ਹੈ ਇਹਦੀ ਡਿਮਾਂਡਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਅੱਛਾ ਠੀਕ ਹੈ ਮਤਲਬ ਤੁਸੀਂ ਲਾੜਲੇ ਜ਼ਿਆਦਾ ਹੋ ਪਤਾ ਨਹੀਂ ਕਿਉਂ ਮੁੰਡਿਆਂ ਨੂੰ ਕੋਈ ਲਾੜਲਾ ਰੱਖਦਾ ਹੀ ਨਹੀਂ ਮੈਂ ਦੇਖਿਆ ਸਾਡੇ ਤਾਂ ਨਾ ਮਤਲਬ ਪਹਿਲਾਂ ਹੀ ਚੌਜਾ ਹੁੰਦਾ ਸਾਲ ਦੋ ਸਾਲ ਬੱਚਾ ਜਦ ਥੋੜ੍ਹਾ ਜਿਹਾ ਤੁਰਨ ਲੱਗ ਗਿਆ ਕਹਿੰਦੇ ਚੱਲ ਬਾਈ ਕੰਮ ਤੇ ਚੱਲ ਪੱਠੇ ਕੱਟ ਆਹ ਕਰ ਉਹ ਕਰ ਪਿੰਡਾਂ ਵਾਲਿਆਂ ਨਾਲ ਜ਼ਿਆਦਾ ਦਿੱਕਤ ਆ ਸ਼ਹਿਰੀ ਤਾਂ ਫਿਰ ਵੀ ਹੁੰਦੇ ਨੇ ਚੱਕਿਆ ਬਾਈ ਕਿੱਧਰ ਲਾਂਗੇ ਗੱਡੀ ਕੱਠੀ ਆ ਲਾਂਗੇ ਪਿੰਡ ਵਾਲਿਆਂ ਨੂੰ ਸਾਨੂੰ ਬਹੁਤ ਕੰਮ ਹੁੰਦੇ ਨੇ ਯਾਰ ਤੁਸੀਂ ਕਦੇ ਕਰਿਆ ਪਿੰਡ ਦੇ ਵਿੱਚ ਗਏ ਕਦੇ ਮਤਲਬ ਤੁਸੀਂ ਕਰਕੇ ਦੇਖਿਆ ਪਿੰਡਾਂ ਵਾਲੇ ਕੰਮ ਕਦੇ ਖੇਤ ਗਏ ਹੋਵੋ ਸ਼ੂਟ ਤੋਂ ਬਿਨਾਂ ਨਾ ਸ਼ੂਟ ਦੇ ਵਿੱਚ ਕੀਤਾ ਸ਼ੂਟ ਤੋਂ ਬਿਨਾਂ ਹਾਂਜੀ ਬਿਲਕੁਲ ਕੀਤਾ ਹੈ ਨਾਨਾ ਜੀ ਦੇ ਨਾ ਮੇਰੇ ਖੇਤ ਹੁੰਦੇ ਸੀ ਤੇ ਮੈਂ ਉਦਾਂ ਕੋਈ ਕੰਮ ਤੇ ਨਹੀਂ ਕੀਤਾ ਬਟ ਹਾਂ ਉਹ ਜਿਵੇਂ ਗੰਨੇ ਪਟਨੇ ਉਹ ਕੀਤਾ ਹੈ ਅੱਛਾ ਤੇ ਫਿਰ ਇਹ ਕੋਈ ਕੰਮ ਨਹੀਂ ਹੁੰਦਾ ਵੈਸੇ ਗੰਨੇ ਪਟਨੇ ਸਾਡੇ ਤਾਂ ਡੰਗ ਲੈ ਕੇ ਮਗਰ ਪੈ ਜਾਂਦੇ ਸਾਨੂੰ ਤਾਂ ਖੇਤਾਂ 'ਚ ਅਮਰੂਦ ਨਹੀਂ ਤੋੜਨੇ ਨਾ ਹੁੰਦੇ ਸੀ ਬੱਚਿਆਂ ਨੂੰ ਇਹਦੇ ਲਈ ਬਹੁਤ ਮਾੜੇ ਹੁੰਦੇ ਸਾਡੇ ਨਾਲ ਥੋੜ੍ਹੇ ਨਾ ਕਦੇ ਇੱਦਾਂ ਕੁਛ ਹੋਇਆ ਚੋਰੀ ਇੱਕ ਦਿਨ ਤਿੰਨੋਂ ਵੱਡੇ ਭੈਣ ਭਾਈਆਂ ਨੇ ਆਪਣੀ ਅੱਡ ਲਾਈ ਤੇ ਉਹਨਾਂ ਨੂੰ ਪਤਾ ਸੀ ਇਹਦੀ ਛੋਟੀ ਹੈ ਇਹ ਤੋਂ ਕਿੱਥੇ ਪੈਸੇ ਬਚਾ ਹੁੰਦੇ ਨੇ ਮੈਂ ਆਪਣੀ ਅੱਡ ਲਾ ਲਈ ਤੇ ਸਭ ਤੋਂ ਜ਼ਿਆਦਾ ਪੈਸੇ ਵੀ ਮੈਨੂੰ ਮਿਲਦੇ ਹੁੰਦੇ ਸੀ ਮੈਂ ਆਪਣੇ ਨਾ ਗੁੱਲਕ 'ਚ ਪਹਿਲਾਂ ਤਾਂ ਚਾਰ ਚਾਰ ਨਾਲ ਪਾ ਦੇਣੇ ਫਿਰ ਉਹਨਾਂ ਨੂੰ ਐਂ ਕਰਕੇ ਕੱਢ ਵੀ ਲੈਣੇ ਫਿਰ ਖਰਚ ਵੀ ਲੈਣੇ ਹੈ ਨਾ ਅਤੇ ਮੇਰੇ ਹੁਣ ਜਿਹੜੀ ਵੱਡੇ ਭੈਣ ਭਾਈਆਂ ਦੀ ਗੁੱਲਕ ਸੀ ਉਹਨਾਂ ਨੇ ਜਦ ਭੰਨੀ ਉਹਨਾਂ ਨੂੰ ਲੱਗਿਆ ਵੀ ਇਹ 'ਚ ਤਾਂ ਬੜੀ ਕਲੈਕਸ਼ਨ ਹੋ ਗਈ ਹੋਣੀ ਆ ਹੁਣ ਵੀ ਅਸੀਂ ਤਾਂ ਆਪਣਾ ਸਾਰੀ ਜਮ੍ਹਾਂ ਪੂੰਜੀ ਇਹ 'ਚ ਪਾਈ ਗਏ ਚਲੋ ਤੁਸੀਂ ਆਪਣੇ ਬਾਰੇ ਨੀ ਦੱਸਿਆ ਹੈਗਾ ਕਿ ਤੁਹਾਡਾ ਫੇਵਰਟ ਆਰਟਿਸਟ ਕੌਣ ਹੈ ਸਿੰਗਰ ਐਜ਼ ਅ ਸਿੰਗਰ ਹਾਂਜੀ ਅਮਰਿੰਦਰ ਗਿੱਲ ਸਰ ਭਾਜੀ ਹੋਣੀ ਓਹੋ ਤੁਸੀਂ ਫਿਰ ਉਹਨਾਂ ਦੇ ਗਾਣੇ ਸੁਣਨ ਤੋਂ ਪਹਿਲਾਂ ਮੇਰੇ ਵਾਂਗ ਕਰ ਦੋ ਤੁਸੀਂ ਕਦੇ ਆਉਂਦੇ ਕਿ ਸ਼ੂਟ ਤੇ ਗਏ ਤੇ ਤੁਸੀਂ ਪਹਿਲਾਂ ਐ ਕਰਦੇ ਹੋ ਉਹ ਮੱਥਾ ਟੇਕ ਕੇ ਜਿਵੇਂ ਗਰਾਊਂਡ ਜਾਂਦੇ ਆ ਮੈਂ ਆਪਣੀ ਵੈਨਿਟੀ ਨੂੰ ਜ਼ਰੂਰ ਇਦਾਂ ਕਰ ਲੈਂਦੀ ਆ ਕਿਉਂਕਿ ਇਦਾਂ ਲੱਗਦਾ ਵੀ ਹੈ ਨਾ ਆਪਣੀ ਡਿਜ਼ਾਈਨਰਾਂ ਨੂੰ ਵੀ ਕਰਦੇ ਹੋਵੋਗੇ ਪਹਿਲਾਂ ਜਾ ਕੇ ਕਿਉਂਕਿ ਕੋਈ ਡਿਜ਼ਾਈਨਰ ਬਣੂਗਾ ਤੇ ਤੁਹਾਡਾ ਫੇਵਰਿਟ ਸਿੰਗਰ ਆਪਣਾ ਹੋ ਗਿਆ ਨਾ ਤੇ ਐਕਟਰ ਦੱਸੋ ਪੰਜਾਬੀ ਫਿਲਮ ਦਾ ਹਾਂ ਮਤਲਬ ਪਟਿਆਲੇ ਦੇ ਕੋਈ ਫੇਮਸ ਆਰਟਿਸਟ ਪਰਮੇਸ਼ ਵਰਮਾ ਬਾਰੇ ਐਜ਼ ਅ ਸਿੰਗਰ ਉਹਨਾਂ ਦੀ ਐਕਟਿੰਗ ਬੜੀ ਬਾਕਮਾਲ ਆਪਾਂ ਗੱਲ ਕਰੀਏ ਲੁਕਸ ਵਾਈਜ਼ ਤੇ ਸਾਰੀ ਚੀਜ਼ਾਂ ਵਾਈਜ਼ ਜਿਵੇਂ ਆਪਾਂ ਕਹਿੰਦੇ ਅਪ ਟੂ ਦ ਮਾਰਕ
यार जे आप परमेश वर्मा की गल करिए उन्होंने अद्धा पंजाब दी कुड़ियां तां कमियां करियां ही करियां मुंडे भी करते मुंडे मोस्टली मैं गल करदा मुंडे ने जिम का ट्रेंड उन्होंने देख के फॉलो करा स्पेशली उन्होंने एक गाने की भी लाइन सी दाढ़ी फॉलो करे परमेश दे स्टाइल है ना बथेरे मुंडे दी हुई है हालांकि मैं अपना अलग तो रखा हुआ कंसैप्ट मैं क्या नहीं यार भाजी वाली नहीं रखी ओहो धन्यवाद तो फीमेल सिंगर फेवरेट डिजाइनर होंगी है कुड़ी ते फेवरेट फीमेल आर्टिस्ट एज एन एक्टर दैट इज मैं तीन जने ने जेडे बहुत नीरू बाजवा मैम बारे पहला गल कर चुके हैं उन्होंने तो सारी फैमिली ऑलमोस्ट फिल्मों दे विच है हां जी ते सरगुन दत्ता हां एंड सोनू बाजवा इन द लुक्स एक्टिंग स्किल्स इन एवरीथिंग ते तुसी अपने बारे दसो जे थोनू कलों इंडस्ट्री तो बाहर जाके दूजी इंडस्ट्री लाइक आपां गल करिए बॉलीवुड दे विच जां हिंदी सीरियल दे विच काम करन नूं मौका मिलता तुसी जाना चाहोगे हां जी जी पर अपना वैसे मैं थोनू दसां मैनू पंजाब नाल बहुत लगाव इस करके मेरी पूरी फैमिली कनाडा में इस करके हुण तक कनाडा रही क्योंकि मैनू अपना इसी करके मैं ਜਿਹੜੇ ਕੋਲ ਗੋਆ ਛੱਡ ਕੇ ਆਸਾ ਦਿਓ ਕੈਨੇਡਾ ਵੀ ਮੈਂ ਵੀ ਘਰਦਿਆਂ ਨੇ ਵੀ ਨਹੀਂ ਭੇਜਣਾ ਹੁਣ ਉਹਨਾਂ ਨੇ ਗੋਆ ਦਾ ਐਕਸਪੀਰੀਅੰਸ ਹੋ ਗਿਆ ਬਾਕੀ ਹਾਂਜੀ ਜੇ ਤਾਂ ਮੌਕਾ ਮਿਲਦਾ ਤਾਂ ਜ਼ਰੂਰ ਘੁੰਮਣ ਫਿਰਨ ਦਾ ਕੋਈ ਜਾਣੇ ਰਹਿਣੇ ਹਾਂਜੀ ਬਾਕੀ ਜੇ ਗੱਲ ਤੇ ਹੁਣ ਨਾ ਟਾਈਮ ਹੈ ਆਪਣਾ ਆਪਾਂ ਹੁਣ ਅੱਗੇ ਵਾਈਂਡ ਅਪ ਕਰਨ ਜਾ ਰਹੇ ਹਾਂ ਤੇ ਹੁਣ ਟਾਈਮ ਇਹ ਹੈ ਕਿ ਆਪਾਂ ਨਾ ਤੁਹਾਡਾ ਡਾਂਸ ਚੈੱਕ ਕਰਨਾ ਡਾਂਸ ਕਿਵੇਂ ਦਾ ਇੱਕ ਕਪਲ ਡਾਂਸ ਹੋ ਜਾਵੇ ਇੱਕ ਸੋਹਣੇ ਜਿਹੇ ਐਂਕਰ ਦੇ ਨਾਲ ਯੂ ਨੋ ਥੋੜ੍ਹਾ ਜਿਹਾ ਹੈਂਡਸਮ ਹੋਵੇ ਦਿਖਣ 'ਚ ਅਤੇ ਤੁਸੀਂ ਸਮਝ ਗਏ ਹੋਵੋਗੇ ਮੈਂ ਕਿਹੜੇ ਐਂਕਰ ਦੀ ਗੱਲ ਕਰ ਰਿਹਾ ਹੈ ਨਾ ਕਿ ਹਾਂ ਆਪਾਂ ਉਹ ਰੱਖ ਰਹੇ ਹਾਂ ਠੀਕ ਹੈ ਪਹਿਲਾ ਨਸ਼ਾ ਪਹਿਲਾ ਨਯਾ ਪਿਆਰ ਹੈ ਮੈਂ ਹੁਣ ਤੁਹਾਨੂੰ ਕੋਈ ਹੋਰ ਸਵਾਲ ਪੁੱਛਦਾ ਹਾਂ ਤੁਸੀਂ ਕੁਝ ਦੱਸਣ ਲੱਗੇ ਸੀ ਨਹੀਂ ਨਹੀਂ ਤੁਸੀਂ ਕੁਝ ਦੱਸਣ ਲੱਗੇ ਅਤੇ ਆਪਾਂ ਜਦੋਂ ਕਾਲਜ ਦੀ ਗੱਲ ਕਰਦੇ ਹਾਂ ਆਪਾਂ ਕਿ ਤੁਸੀਂ ਕਾਲਜ ਤੁਸੀਂ ਕਿਹਾ ਛੱਡ ਕੇ ਆ ਗਏ ਸੀਗੇ ਅਤੇ ਉੱਥੇ ਦਾ ਮਾਹੌਲ ਜਿਹੜਾ ਸੀਗਾ ਪੰਜਾਬ ਤੋਂ ਕਿਵੇਂ ਡਿਫਰੈਂਟ ਆ ਉੱਥੇ ਦਾ ਮਾਹੌਲ ਇੱਕ ਨਾ ਬਹੁਤ ਦਿਮਾਗ ਵਿੱਚ ਇੱਦਾਂ ਸੀ ਕਿ ਜੇ ਆਪਾਂ ਆਪਣੇ ਗੋਆ ਪੜ੍ਹਨ ਚੱਲੇ ਹਾਂ ਤਾਂ ਸਾਰਾ ਮਾਹੌਲ ਹੀ ਅਲੱਗ ਹੋਣਾ ਹੈ ਨਾ पीछे मुड़ मुड़ के माहौल थोड़ा अलग ਤੇ ਤੁਹਾਨੂੰ ਅੱਜ ਕਿਵੇਂ ਲੱਗਿਆ ਸਾਡੇ ਉਰੇ ਆ ਕੇ ਪਰਸਨਲੀ ਤੁਸੀਂ ਹੁਣ ਜੇ ਸਾਨੂੰ ਰਿਵਿਊ ਦੇਣਾ ਚਾਹੁੰਦੇ ਹੋ ਮਤਲਬ ਰੇਟਿੰਗ ਦੇਣਾ ਚਾਹੁੰਦੇ ਹੋ 10 ਦੇ ਵਿੱਚੋਂ ਠੀਕ ਹੈ ਤੇ ਚੈਨਲ ਨੂੰ ਮੈਨੂੰ ਥੋੜ੍ਹੀ ਜਿਹੀ ਹੈ ਨਾ ਅਤੇ ਉਹ ਦਿਓ ਕਿੰਨੇ ਦੇਣਾ ਚਾਹੋਗੇ ਦੇਖੋ ਮੈਂ ਬਹੁਤ ਸਟ੍ਰੇਟ ਹੋ ਗਿਆ ਮੈਂ ਇੱਦਾਂ ਨਹੀਂ ਕਹਿ ਰਹੀ ਕਿ ਅੱਜ ਆਪਾਂ ਇੰਟਰਵਿਊ ਕੀਤੀ ਹੈ ਇਸ ਲਈ ਮੈਂ ਤੁਹਾਨੂੰ ਰੇਟਿੰਗਸ ਦਵਾਂ ਪਰ ਮੈਨੂੰ ਲੱਗਦਾ ਘੱਟ ਮਿਲਣਾ ਹੈ ਉਹ ਸ਼ਿਟ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਬਾਕੀ ਤੁਹਾਡੇ ਨਾਲ ਮਾਹੌਲ ਜ਼ਿਆਦਾ ਵਧੀਆ ਬਣ ਗਿਆ ਤੇ ਆਈ ਹੋਪ ਤੁਸੀਂ ਵੀ ਇੰਜੋਏ ਕਰਿਆ ਹੋਊਗਾ ਲੋ ਜੀ ਟੇਪ ਦਾ ਟਾਕ ਚੈਨਲ T3 ਤੇ ਅੱਜ ਸਾਡੇ ਨਾਲ ਆਸਥਾ ਮੈਮ
ਤੇ ਆਸਾ ਗੌਰ ਹੋਣੀ ਪਟਿਆਲਾ ਤੋਂ ਨੇ। ਬਾਕੀ ਤੁਸੀਂ ਇਨਫੋਰਮੇਸ਼ਨ ਆ ਜਿਹੜੀ ਹੋਰ ਕੁਛ ਹੋਵੇ ਕੁਛ ਵੀ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਕੁਐਸਚਨ ਲੈ ਕੇ ਪੁੱਛ ਸਕਦੇ ਹੋ। ਆਪਾਂ ਇਹਨਾਂ ਦੀ ਸਟੋਰੀ ਵਗੈਰਾ ਪਵਾ ਦਾਂਗੇ ਚੈਨਲ 'ਤੇ, ਠੀਕ ਹੈ? ਬਹੁਤ ਨਾਈਸ ਨੇ ਅਤੇ ਫਿਲਹਾਲ ਦੇ ਲਈ ਆਪਾਂ ਲੈਂਦੇ ਹਾਂ ਇਜਾਜ਼ਤ। ਧੰਨਵਾਦ। ਥੈਂਕ ਯੂ ਮੈਮ। ਥੈਂਕ ਯੂ।